ਚੜਨ ਵਾਲੇ ਹੋ ਹੱਕਾਂ ਦੀ ਸਦੀ
ਸਰੋਤਿਆਂ ਦਾ ਸਭ ਦਾ ਸਵਾਗਤ ਹੈ ਪ੍ਰੋਗਰਾਮ ਰੇਡੀਓ ਇਨਕਲਾਬ ਵਿੱਚ ਸਾਥੀਓ ਇੱਕ ਵਾਰ ਫੇਰ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ ਮੈਂ ਯਾਨੀ ਅਨੂ ਇਹ ਪ੍ਰੋਗਰਾਮ ਲੈ ਕੇ ਹਰ ਸੋਮਵਾਰ ਤੁਹਾਡਾ ਸਾਥ ਮਿਲਦਾ ਹੈ ਸ਼ਾਮ 5 ਵਜੇ ਤੋਂ 5:55 ਤੱਕ ਔਰ ਸਾਡੇ ਪ੍ਰੋਗਰਾਮ ਦਾ ਮਾਧਿਅਮ ਹੈ ਪਲੈਨਟ 104.6 FM ਭਾਰਤੀ ਜੀ ਵੀ ਸਟੂਡੀਓ ਚ ਮੌਜੂਦ ਨੇ ਉਹਨਾਂ ਦਾ ਵੀ ਸਵਾਗਤ ਹੈ ਅਸਲਾਮ ਆਖਦੇ ਹਾਂ ਦੋਸਤੋ ਤੋ ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਗੱਲਾਂ ਬਾਤਾਂ ਕਰਾਂਗੇ ਇੱਕ ਤੇ ਜਿਹੜੀ ਕਨਹੱਈਆ ਕੁਮਾਰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਸਟੂਡੈਂਟ ਉਹਨਾਂ ਦੀ ਜਿਹੜੀ ਬਿਲਕੁਲ ਮੋਸਟ ਰੀਸੈਂਟ ਸਟੇਟਮੈਂਟ ਆਈ ਹੈ ਉਹਦੇ ਤੇ ਥੋੜੀ ਜਿਹੀ ਗੱਲ ਕਰਾਂਗੇ ਉਸ ਤੋਂ ਬਾਅਦ ਜਿਹੜਾ ਕਿਸਾਨ ਮਜ਼ਦੂਰ ਮੋਰਚੇ ਦੇ ਤਹਿਤ ਐਕਚੁਲੀ ਉਸ ਤੋਂ ਵੀ ਪਹਿਲਾਂ ਦਾ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਇੱਕ ਕੇਸ ਚੱਲ ਰਿਹਾ ਸੀ ਜਿਹੜਾ ਉਹਨਾਂ ਦੀ ਹੁਣ ਜਿੱਤ ਹੋਈ ਹੈ ਉਹ ਕੋਸ਼ਿਸ਼ ਕਰਾਂਗੇ ਕਿ ਉਹ ਇੱਕ ਦੋ ਇੰਟਰਵਿਊਜ਼ ਨੇ ਉਹ ਤੁਹਾਡੇ ਨਾਲ ਸ਼ੇਅਰ ਕਰੀਏ ਔਰ ਨਾਲ ਹੀ ਹੈਦਰਾਬਾਦ ਯੂਨੀਵਰਸਿਟੀ ਤੋਂ ਅਗਰ ਤੁਹਾਨੂੰ ਯਾਦ ਹੋਵੇ ਕੁਝ ਅਰਸਾ ਪਹਿਲਾਂ ਅਸੀਂ ਉੱਥੋਂ ਦੇ ਇੱਕ ਐਮਫਿਲ ਦੇ ਵਿਦਿਆਰਥੀ ਅਮੋਲ ਸਿੰਘ ਜੋ ਕਿ ਪਟਿਆਲੇ ਤੋਂ ਨੇ ਉਹਨਾਂ ਨੇ ਸਾਡੇ ਪ੍ਰੋਗਰਾਮ 'ਚ ਗੱਲਬਾਤ ਕੀਤੀ ਸੀ ਰੋਹਿਤ ਵਿਮੂਲਾ ਦੀ ਹੱਤਿਆ ਬਾਰੇ ਤੋ ਉਹ ਵੀ ਪਿੱਛੇ ਜੇ ਉਹਨਾਂ ਦੇ ਨਾਲ ਹੋਰ ਕਾਫੀ ਸਾਰੇ ਸਟੂਡੈਂਟਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਖੈਰ ਕੁਛ ਦਿਨਾਂ ਬਾਅਦ ਫਿਰ ਉਹਨਾਂ ਨੂੰ ਰਿਹਾ ਕੀਤਾ ਗਿਆ ਬੇਲ ਤੇ ਸਾਰਿਆਂ ਦੀ ਰਿਹਾਈ ਹੋਈ ਹੈ ਤੋ ਅਮੋਲ ਸਿੰਘ ਹੋਰਾਂ ਦੀ ਵੀ ਇੱਕ ਸ਼ੋਰਟ ਸਪੀਚ ਹੈ ਉਹ ਵੀ ਅਸੀਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਜਿਸ ਤਰ੍ਹਾਂ ਹੀ ਸਾਡਾ ਕੰਪਿਊਟਰ ਸਾਰਾ ਕੁਛ ਰੈਡੀ ਹੋ ਗਿਆ ਤੋ ਉਸ ਤੋਂ ਇਲਾਵਾ ਇੱਕ ਦੋ ਸੂਚਨਾਵਾਂ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਦੇ ਚੱਲਾਂਗੇ ਔਰ ਪਹਿਲੇ ਵੀ ਕਈ ਵਾਰੀ ਜ਼ਿਕਰ ਹੋਇਆ ਲੋਕ ਕਾਫਲਾ ਮੈਗਜ਼ੀਨ ਜਿਹੜਾ ਸਾਨੂੰ ਪ੍ਰਾਪਤ ਹੁੰਦਾ ਹੈ ਸਾਥੀ ਬੂਟਾ ਸਿੰਘ ਨਵਾਂਸ਼ਹਿਰ ਦੀ ਮਦਦ ਦੇ ਨਾਲ ਉਹਦੀਆਂ ਕਾਪੀਜ਼ ਵੀ ਅਸੀਂ ਤੁਹਾਡੇ ਤੱਕ ਪਹੁੰਚਾ ਸਕਦੇ ਹਾਂ ਤੋ ਜਦ ਅਸੀਂ ਕੋਈ ਗਾਣਾ ਜਾਂ ਰਿਕਾਰਡਡ ਕੁਛ ਪਲੇ ਕਰ ਰਹੇ ਹੋਵਾਂਗੇ ਤੋ ਤੁਸੀਂ ਸਾਨੂੰ ਆਪਣੀ ਡਿਟੇਲ ਦੇ ਸਕਦੇ ਹੋ ਇਹ ਮੈਗਜ਼ੀਨ ਤੁਹਾਨੂੰ ਈਮੇਲ ਦੇ ਰਾਹੀਂ ਵੀ ਅਸੀਂ ਪਹੁੰਚਾ ਸਕਦੇ ਹਾਂ ਪ੍ਰਿੰਟਡ ਕਾਪੀ ਵੀ ਡਾਕ ਵਿੱਚ ਤੁਹਾਨੂੰ ਅਸੀਂ ਭੇਜ ਸਕਦੇ ਹਾਂ ਫਰੀ ਆਫ ਕੋਸਟ ਇਹ ਮੈਗਜ਼ੀਨ ਤੁਹਾਡੇ ਤੱਕ ਪਹੁੰਚੇਗਾ ਤੋ ਆਸ ਹੈ ਕਿ ਵੱਧ ਤੋਂ ਵੱਧ ਸਰੋਤੇ ਸਾਨੂੰ ਸੰਪਰਕ ਕਰਨਗੇ ਜਦ ਅਸੀਂ ਕੋਈ ਸੌਂਗ ਪਲੇ ਕਰਾਂਗੇ ਤਾਂ ਕਿ ਅਸੀਂ ਤੁਹਾਡੀਆਂ ਡਿਟੇਲਸ ਲੈ ਸਕੀਏ ਇਹ ਮੈਗਜ਼ੀਨ ਤੁਹਾਡੇ ਤੱਕ ਪਹੁੰਚਾਉਣ ਲਈ ਦੋਸਤੋ ਜਿੱਦਾਂ ਅਨੂ ਜੀ ਨੇ ਦੱਸਿਆ ਪਹਿਲਾਂ ਕਿ ਜਿਹੜੀ ਕਨਹੱਈਆ ਕੁਮਾਰ ਵੱਲੋਂ ਉਹਨੂੰ ਜਿਹੜੀ ਸਟੇਟਮੈਂਟ ਆਈ ਹੈ ਕਿ ਜਿਹੜੇ ਦਿੱਲੀ ਦੇ ਵਿੱਚ 84 ਦੇ ਜਿਹੜੇ ਨਸਲਕੁਸ਼ੀ ਹੋਈ ਹੈ ਉਹ ਇੱਕ ਰੈਂਡਮ ਐਕਟ ਸੀਗਾ ਕੋਈ ਪਲੈਨਡ ਐਕਟ ਨਹੀਂ ਸੀਗਾ ਸੋ ਇਹ ਬਹੁਤ ਹੀ ਇਹਨੂੰ ਕਿ ਇਹਨੂੰ ਨਾ ਕਿਸ ਤਰੀਕੇ ਨਾਲ ਇਹਨੂੰ ਦਿੱਤਾ ਜਾਵੇ ਕਿ ਬਿਲਕੁਲ ਇਹ ਕਿਵੇਂ ਹੋ ਸਕਦਾ ਹੈ ਕਿ ਕਨਹੱਈਆ ਕੁਮਾਰ ਨੂੰ ਇਹ ਸਾਰੀ ਹਿਸਟਰੀ ਦਾ ਨਾਂ ਪਤਾ ਹੋਵੇ ਪੇਅਰ ਕਰ ਰਹੇ ਸਨ ਕਿ ਗੁਜਰਾਤ ਦੇ ਜਿਹੜੇ ਦੰਗੇ 2002 ਵਾਲੇ ਉਹ ਕਹਿ ਰਹੇ ਸਨ ਕਿ ਉਹ ਸਟੇਟ ਸਪੌਂਸਰਡ ਆਰਗੇਨਾਈਜ਼ ਸਟੇਟ ਆਰਗੇਨਾਈਜ਼ ਸੀਗੇ ਇਹ ਵਾਲੇ ਜਿਹੜਾ ਸੀਗਾ ਰੈਂਡਮ ਸੀਗੇ ਸੋ ਦੋਸਤੋ ਬੜੀ ਇਹ ਡਿਸਅਪੁਆਇੰਟਮੈਂਟ ਹੋਈ ਇਹ ਸਟੇਟਮੈਂਟ ਨੂੰ ਸੁਣ ਕੇ ਜਦਕਿ ਕਨਹੱਈਆ ਕੁਮਾਰ ਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਹੈ ਕਿ ਜਦੋਂ 84 ਵਾਲੀ ਨਸਲਕੁਸ਼ੀ ਸਿੱਖਾਂ ਦੇ ਖਿਲਾਫ ਦਿੱਲੀ ਦੇ ਵਿੱਚ ਹੋਈ ਹੈ ਔਰ ਜੇ ਐਨ ਯੂ ਇੱਕ ਉਹ ਇਹ ਇੰਸਟੀਚਿਊਟ ਸੀਗਾ ਜਿੱਥੇ ਸਭ ਤੋਂ ਪਹਿਲਾਂ ਜਿਹੜੇ ਸ਼ਰਨਾਰਥੀ ਜਿਹੜੇ ਦੰਗਾ ਪੀੜਿਤ ਸੀਗੇ ਉਹਨਾਂ ਨੂੰ ਉਹਨਾਂ ਦਾ ਕੈਂਪ ਲਾਇਆ ਗਿਆ ਸੀ ਔਰ ਜੇ ਐਨ ਯੂ ਦਾ ਉਸ ਦੇ ਵਿੱਚ ਬਹੁਤ ਵੱਡਾ ਹੱਥ ਹੈ ਔਰ ਜਿਹੜੀਆਂ ਸਟੇਟਮੈਂਟ ਖਾਸ ਕਰਕੇ ਸੀਤਾ ਰਾਮ ਯਾਚਰੀ ਜਾਂ ਕਾਮਰੇਡ ਕਾਰਤ ਹੋਣਾਂ ਵੱਲੋਂ ਉਸ ਟਾਈਮ 'ਤੇ ਆਈਆਂ ਸਭ ਤੋਂ ਪਹਿਲੀਆਂ ਸਟੇਟਮੈਂਟ ਇਹ ਸਾਰੇ ਨੂੰ ਸਾਰੇ ਦੇ ਨਸਲਕੁਸ਼ੀ ਦੇ ਖਿਲਾਫ ਸੋ ਇਹ ਸਟੇਟਮੈਂਟ ਦਾ ਅਸੀਂ ਰੇਡੀਓ ਇਨਕਲਾਬ ਵੱਲੋਂ ਅਸੀਂ ਇਹਦਾ ਡੱਟ ਕੇ ਵਿਰੋਧ ਕਰਦੇ ਹਾਂ ਅਸੀਂ ਇਹਦੀ ਨਿਖੇਧੀ ਕਰਦੇ ਹਾਂ ਔਰ ਜਦਕਿ ਇਹ ਇਸ ਇਹਦਾ ਜਿਹੜਾ ਕਾਰਨ ਨੂੰ ਜੀ ਹਜੇ ਤੱਕ ਅਸੀਂ ਡਿਟੇਲ ਦੇ ਵਿੱਚ ਗੱਲ ਕਰਾਂਗੇ ਕਿਉਂਕਿ ਜਿੱਥੇ ਤੱਕ ਮੈਨੂੰ ਲੱਗ ਰਿਹਾ ਹੈ ਕਿ ਜਦੋਂ ਲਾਸਟ ਜਿਹੜਾ ਬੁਲਾਰਾ ਇਹਨਾਂ ਦੇ ਯੂਨੀਵਰਸਿਟੀ ਆਏ ਨੇ ਜਿਹੜੇ ਸ਼ਸ਼ੀ ਥਰੂਰ ਜਿਹੜੇ ਕੇਰਲਾ ਤੋਂ ਕਾਂਗਰਸ ਦੇ ਨੇ ਉਹ ਬਹੁਤ ਹੀ ਇੱਕ ਖਤਰਨਾਕ ਕਿਸਮ ਦਾ ਉਹ ਪੋਲੀਟੀਸ਼ੀਅਨ ਹੈ ਉਹ ਇੰਟਰਨੈਸ਼ਨਲ ਅਲੀਟ ਦੇ ਨਾਲ ਕੰਮ ਕਰਦਾ ਹੈ ਸੋ ਉਸ ਤੋਂ ਬਾਅਦ ਇਹ ਜਿਹਦੀ ਸਟੇਟਮੈਂਟ ਦੇਣੀ ਹੁਣ ਇਹਦਾ ਕੋਈ ਕਾਂਗਰਸ ਨਾਲ ਕਨੈਕਸ਼ਨ ਹੈ ਜਾਂ ਨਹੀਂ ਹੈ ਉਹ ਬਾਅਦ 'ਚ ਗੱਲਾਂ ਸਾਹਮਣੇ ਆਉਣਗੀਆਂ ਪਰ ਕਿਤੇ ਨਾ ਕਿਤੇ ਜਾ ਕੇ ਗੱਲ ਜਿਹੜੀ ਉਹ ਜੁੜਦੀ ਜ਼ਰੂਰ ਹੈ ਆ ਇਹਦੇ ਵਿੱਚ ਕੋਈ ਵੀ ਕਿਸੇ ਨੂੰ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ ਕਿ ਜਿਹੜੀ 84 ਦੇ ਵਿੱਚ ਜਿਹੜੀ ਨਸਲਕੁਸ਼ੀ ਸਿੱਖਾਂ ਦੀ ਦਿੱਲੀ ਦੇ ਵਿੱਚ ਹੋਈ ਆ ਬਹੁਤ ਵੈਰੀ ਵੈਲ ਪਲੈਨਡ ਸੀਗੀ ਈਵਨ ਕਨਹੱਈਆ ਕੁਮਾਰ ਨੂੰ ਚਾਹੀਦਾ ਹੈ ਕਿ ਜਿਹੜੀ
ਜਿਹੜੀ ਇਵਨ ਫਿਲਮ ਵੀ ਬਣਾਈ ਗਈ ਆ ਖੱਬੇ ਪੱਖੀਆਂ ਵੱਲੋਂ ਜਿਹੜੀ ਅਮੂ ਜਿਹਦੇ ਵਿੱਚ ਪ੍ਰਕਾਸ਼ ਕਾਰਤ ਹੁਣਾਂ ਦੀ ਮਿਸਿਸ ਨੇ ਜਿਹੜੇ ਬਰਿੰਦਾ ਕਾਰਤ ਜਿਹੜੀ ਸੀਪੀਐਮ ਦੇ ਪੋਲਿਟ ਬਿਊਰੋ ਮੈਂਬਰ ਉਹਨਾਂ ਨੇ ਵਿੱਚ ਰੋਲ ਵੀ ਕੀਤਾ ਹੈ ਔਰ ਉਹਨਾਂ ਦੀ ਜਿਹੜੀ ਭਾਣ ਜੀ ਆ ਗਾਹਾਂ ਜਿਹੜੀ ਜੇ ਐਨ ਯੂ ਦੀ ਸਟੂਡੈਂਟ ਸੀਗੀ ਉਹਨੇ ਉਹ ਫਿਲਮ ਬਣਾਈ ਆ ਨਾਮ ਮੈਨੂੰ ਖਿਆਲ ਭੁੱਲ ਗਿਆ ਸਮਥਿੰਗ ਬਾਸੂ ਹਾਂਜੀ ਸੋ ਸੋਨਾਲੀ ਬੋਸ ਹਾਂਜੀ ਬਿਲਕੁਲ ਉਹੀ ਹੈ ਤੇ ਕਿਉਂਕਿ ਉਹ ਖੁਦ ਸੋਨਾਲੀ ਬੋਸ ਜਦੋਂ ਇਹ 84 ਵਾਲੇ ਜਦੋਂ ਸਲਗੁਸ਼ੀ ਹੋਈ ਹੈ ਉਦੋਂ ਜੇ ਐਨ ਯੂ ਦੇ ਵਿੱਚ ਉਹ ਸਟੂਡੈਂਟ ਸੀਗੀ ਔਰ ਉਹ ਵਿੱਚ ਇਸ ਉਹਨਾਂ ਦਾ ਉੱਥੇ ਜੇ ਐਨ ਯੂ ਦੇ ਕੈਂਪਸ ਦੇ ਵਿੱਚ ਉਹਨਾਂ ਦਾ ਕੈਂਪ ਸ਼ਰਨਾਰਥੀਆਂ ਦਾ ਕੈਂਪ ਵਾਲੇ ਸ਼ਰਨਾਰਥੀ ਕਹਿਣਾ ਕਿੰਨਾ ਅਜੀਬ ਲੱਗਦਾ ਆਪਣੇ ਮੁਲਕ ਦੇ ਵਿੱਚ ਸ਼ਰਨਾਰਥੀ ਉਹ ਰਿਸਪੋਂਸੀਬਲ ਸੀਗੀ ਸੋ ਦੋਸਤੋ ਇਹਦੇ ਬਾਰੇ ਮੇਰਾ ਖਿਆਲ ਆਪਾਂ ਨੂੰ ਕੁਛ ਬਹੁਤਾ ਕਹਿਣ ਦੀ ਲੋੜ ਨਹੀਂ ਇਹ ਭਲੀ ਭਾਂਤੀ ਸਾਰਿਆਂ ਨੂੰ ਪਤਾ ਹੈ ਕਿ ਕਿਸ ਤਰੀਕੇ ਨਾਲ ਉਹ ਈਵਨ ਉਹ ਫਿਲਮ ਦੇ ਵਿੱਚ ਵੀ ਅਮੂ ਫਿਲਮ ਦੇ ਵਿੱਚ ਵੀ ਇਹ ਬਿਲਕੁਲ ਗੱਲ ਕਲੀਅਰ ਹੈਗੀ ਹੈ ਉਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਸਾਰੀ ਜਿਹੜੀ ਗੱਲਬਾਤ ਸੀਗੀ ਇਹ ਨਸਲਕੁਸ਼ੀ ਔਰਗਨਾਈਜ਼ ਸੀਗੀ ਸੋ ਇਹ ਸਟੇਟਮੈਂਟ ਦੇਣ ਦਾ ਕੀ ਕਾਰਨ ਸੀਗਾ ਉਹਦੇ ਹੱਲ ਤਾਂ ਤੱਥ ਹੌਲੀ ਹੌਲੀ ਸਾਹਮਣੇ ਆਉਣਗੇ ਪਰ ਇੱਕ ਗੱਲੋਂ ਉਹਨੂੰ ਜੀ ਥੋੜ੍ਹੀ ਸੈਂਸ ਖੈਰ ਬਣਦੀ ਵੀ ਹੈ ਕਿਉਂਕਿ ਜਿਹੜੀ ਸਟੂਡੈਂਟ ਯੂਨੀਅਨ ਦੇ ਉਹ ਕਾਰਗੁਨ ਨੇ ਸੀ ਪੀ ਆਈ ਹਿਸਟੋਰੀਕਲੀ ਉਹ ਸੀ ਪੀ ਆਈ ਜਿਹੜੀ ਹੈਗੀ ਆ ਉਹ ਕਾਂਗਰਸ ਦੇ ਨਾਲ ਹਿਸਟੋਰੀਕਲੀ ਉਹ ਮਿਲ ਕੇ ਚੱਲਦੇ ਰਹੇ ਨੇ ਟਾਈਮ ਟੂ ਟਾਈਮ ਅਸੀਂ ਜਿਹੜਾ ਉਹਨੂੰ ਜੀ ਜਿਹੜੀ ਗੱਲ ਕੀਤੀ ਸੀਗੀ ਜਦੋਂ ਫਾਸ਼ੀਵਾਦ ਦੀ ਗੱਲ ਕੀਤੀ ਸੀ ਜਦੋਂ ਅਸੀਂ ਭਾਰਤ ਜਦੋਂ ਆਜ਼ਾਦ ਹੁੰਦਾ ਆ ਉਸ ਤੋਂ ਬਾਅਦ ਜਿਹੜਾ ਨਹਿਰੂ ਜਿਹੜਾ ਮਾਡਲ ਜਿਹੜਾ ਲੈ ਕੇ ਆਉਂਦੇ ਆ ਕਿ ਇਹ ਸੋਸ਼ਲਿਸਟ ਡੈਮੋਕਰੈਟ ਸਿਸਟਮ ਦਾ ਉਹਦੇ ਵਿੱਚ ਓਬਵੀਅਸਲੀ ਜਿਹੜੀਆਂ ਸੋਸ਼ਲਿਸਟ ਸੀਗੀਆਂ ਤਾਕਤਾਂ ਉਹਨਾਂ ਦੇ ਵੱਲੋਂ ਅਟਰੈਕਟ ਹੋਣਾ ਹਾਂ ਕਿਤੇ ਨਾ ਕਿਤੇ ਉਹਨਾਂ ਨੇ ਕੋਈ ਠੀਕ ਕੰਮ ਵੀ ਕੀਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਰ ਕਿਸ ਤਰੀਕੇ ਦੇ ਨਾਲ ਉਹ ਹੌਲੀ ਹੌਲੀ ਸਾਰੇ ਦਸਾਂ ਜਿਹੜਾ ਨਿਊ ਲਿਬਰਲ ਜਿਹੜਾ ਫਿਨੋਮੀਨਨ ਆ ਉਹਦੇ ਵਿੱਚ ਨਿਕਲਿਆ ਗਿਆ ਸੋ ਵੱਖਰਾ ਮਸਲਾ ਅਸੀਂ ਪਹਿਲਾਂ ਡਿਟੇਲ ਦੇ ਵਿੱਚ ਇਹ ਡਿਸਕਸ ਕਰ ਚੁੱਕੇ ਹਾਂ ਪਰ ਦੂਸਰੇ ਪਾਸੇ ਜਿਹੜੀ ਹੈਗੇ ਨੇ ਸ਼ੈਲਾ ਰਾਸ਼ਿਦ ਜਿਹੜੀ ਐਮ ਐਲ ਲਿਬਰੇਸ਼ਨ ਸੀ ਪੀ ਆਈ ਐਮ ਐਲ ਉਹਨੂੰ ਬਿਲੋਂਗ ਕਰਦੇ ਨੇ ਕਿਉਂਕਿ ਬਹੁਤ ਫੰਡਾਮੈਂਟਲ ਫਿਲਸੋਫਿਕਲੀ ਦੋਨਾਂ ਦੇ ਵਿੱਚ ਸੀ ਪੀ ਆਈ ਅਤੇ ਉਹਨਾਂ ਦੇ ਵਿੱਚ ਬਹੁਤ ਫਰਕ ਹੈ ਸੋ ਉਹ ਮੇਰੇ ਖਿਆਲ ਜਿਹੜੇ ਹੌਲੀ ਹੌਲੀ ਜਿਹੜੇ ਡਿਫਰੈਂਸ ਨੇ ਉਹ ਸਾਹਮਣੇ ਵੀ ਆ ਰਹੇ ਨੇ ਉਸ ਤੋਂ ਬਾਅਦ ਜਿਹੜੇ ਦੂਸਰੇ ਉਹ ਵੀ ਆਈਸਾ ਤੋਂ ਨੇ ਆਲ ਇੰਡੀਆ ਸਟੂਡੈਂਟ ਐਸੋਸੀਏਸ਼ਨ ਜਿਹੜਾ ਕਿ ਐਮ ਸੀ ਪੀ ਐਮ ਐਲ ਦਾ ਯੂਥ ਹੋਏਗਾ ਸੋ ਉਹਨਾਂ ਨੇ ਇਸ ਗੱਲ ਦੀ ਕਨਿਆ ਕੁਮਾਰੀ ਦੀ ਸਟੇਟਮੈਂਟ ਦੀ ਡਟ ਕੇ ਵਿਰੋਧ ਤਾਂ ਕੀਤੀ ਉਹਨਾਂ ਨੇ ਔਰ ਨਾਲ ਹੀ ਕਵਿਤਾ ਕ੍ਰਿਸ਼ਨਨ ਜਿਹੜੇ ਕਿ ਉਹ ਆਈਸਾ ਦੇ ਪ੍ਰਧਾਨ ਨੇ ਇਸ ਵਕਤ ਜਦੋਂ ਪਹਿਲਾਂ ਜਿਹੜੀਆਂ ਬਹੁਤ ਇੱਕ ਵਧੀਆ ਸਪੀਚਸ ਦਿੱਤੀਆਂ ਹਿੰਦੁਸਤਾਨ ਦੇ ਵਿੱਚ ਜਾਤੀਵਾਦ ਦੇ ਖਿਲਾਫ ਲੜਾਈ ਮਨੁਵਾਦ ਦੇ ਖਿਲਾਫ ਲੜਾਈ ਸਾਰੀ ਗੱਲਬਾਤ ਉਸ ਤੋਂ ਬਾਅਦ ਇਹੋ ਜਿਹੀ ਸਟੇਟਮੈਂਟ ਦੇਣੀ ਸੋ ਬੜੀ ਇੱਕ ਅਜੀਬੋ ਗਰੀਬ ਫਿਰ ਵੀ ਚਲੋ ਹਿੰਦੁਸਤਾਨ ਦੀ ਪੋਲੀਟਿਕਸ ਵਾ ਦੇਖੋ ਗੱਲ ਕਿੱਧਰ ਨੂੰ ਜਾਂਦੀ ਹੈ ਸੋ ਅਸੀਂ ਆਸ ਕਰਦੇ ਹਾਂ ਕਿ ਅੱਗੇ ਤੋਂ ਇਹੋ ਜਿਹੀ ਸਟੇਟਮੈਂਟ ਨਾ ਦਿੱਤੀ ਜਾਵੇ ਜੇ ਦਿੱਤੀ ਜਾਊਗੀ ਤੇ ਅਸੀਂ ਉਹਦਾ ਡੱਟ ਕੇ ਫਿਰ ਵਿਰੋਧ ਕਰਾਂਗੇ ਤੇ ਦੋਸਤੋ ਆਉਂਦਿਆਂ ਪ੍ਰੋਗਰਾਮਾਂ ਦੇ ਵਿੱਚ ਜਿਹੜੇ ਇਹੋ ਜਿਹੇ ਇੰਟਰਨੈਸ਼ਨਲ ਅਲੀਟ ਦੇ ਵਾਸਤੇ ਕੰਮ ਕਰਨੇ ਵਾਲੇ ਬੰਦੇ ਸ਼ਸ਼ੀ ਦਰੂਰ ਆਪਣੇ ਆਪ ਦੇ ਵਿੱਚ ਬੜਾ ਕਰਪਟ ਪੋਲੀਟੀਸ਼ੀਅਨ ਔਰ ਇੰਟਰਨੈਸ਼ਨਲੀ ਕਿਹੜੇ ਕਿਹੜੇ ਇੰਸਟੀਚਿਊਟ ਦੇ ਨਾਲ ਉਹ ਜੁੜਿਆ ਹੋਇਆ ਆ ਉਹ ਆਪਣੇ ਆਪ ਦੇ ਵਿੱਚ ਇੱਕ ਵੱਖਰਾ ਟੌਪਿਕ ਆ ਉਹਨੂੰ ਵੀ ਕਦੀ ਆਪਾਂ ਡਿਸਕਸ ਕਰਾਂਗੇ ਜੇ ਐਨ ਯੂ ਤੋਂ ਪੜ੍ਹੇ ਹੋਏ ਨੇ ਬਿਲਕੁਲ ਬਿਲਕੁਲ ਔਰ ਕਿਸ ਤਰੀਕੇ ਨਾਲ 22 ਸਾਲਾਂ ਦੇ ਵਿੱਚ ਉਹ ਪੀ ਐਚ ਡੀ ਕਰ ਜਾਂਦੇ ਸੋ ਅਜੀਬੋ ਗਰੀਬ ਜਿਹੇ ਇਹਨਾਂ ਲੋਕਾਂ ਦੇ ਹੈਗੇ ਆ ਇਹਨਾਂ ਦੀਆਂ ਜਿਹੜੀਆਂ ਹਿਸਟਰੀਜ਼ ਨੇ ਔਰ ਕਿਹਨਾਂ ਕਿਹਨਾਂ ਲੋਕਾਂ ਦੇ ਨਾਲ ਇਹ ਕਿਵੇਂ ਆਈ ਪੀ ਐਲ ਜਿਹੜੀ ਉਹਦੇ ਨਾਲ ਕਨੈਕਟਡ ਨੇ ਬਹੁਤ ਲੰਬਾ ਚੌੜਾ ਮਸਲਾ ਇਹ ਆਪਾਂ ਫਿਰ ਕਿਤੇ ਡਿਸਕਸ ਕਰਾਂਗੇ ਸੋ ਮੁੜ ਕਿੜਕੇ ਆਪਾਂ ਗੱਲ ਉੱਥੇ ਲੈ ਕੇ ਆਉਂਦੇ ਹਾਂ ਕਿ ਇਹ ਜਿਹੜੀ ਸਟੇਟਮੈਂਟ ਆ ਉਹਦੀ ਅਸੀਂ ਡੱਟ ਕੇ ਇਹਦਾ ਵਿਰੋਧ ਕਰਦੇ ਹਾਂ ਅਤੇ ਅੱਗੇ ਤੋਂ ਆਸ ਕਰਦੇ ਹਾਂ ਕਿ ਇਹੋ ਜਿਹੀ ਸਟੇਟਮੈਂਟ ਨਾ ਦਿੱਤੀ ਜਾਵੇ ਔਰ ਉਹ ਵੀ ਕਨਈਆ ਕੁਮਾਰ ਵੱਲੋਂ ਜਿਹੜੇ ਇਸ ਸਾਰੀ ਗੱਲ ਨੂੰ ਚੰਗੀ ਭਲੀ ਭਾਂਤੀ ਜਾਣਦੇ ਨੇ ਜੀ ਬਿਲਕੁਲ ਜੀ ਤੋ ਦੋਸਤੋ ਤੁਸੀਂ ਸੁਣ ਰਹੇ ਪ੍ਰੋਗਰਾਮ ਰੇਡੀਓ ਇਨਕਲਾਬ ਅਗਲੀ ਜਿਹੜੀ ਗੱਲਬਾਤ ਹੈ ਅਸੀਂ ਕੁਛ ਰਿਕਾਰਡਿੰਗਸ ਤੁਹਾਡੇ ਵਾਸਤੇ ਪਲੇ ਕਰਨਾ ਚਾਹਾਂਗੇ ਖਾਸ ਤੌਰ 'ਤੇ ਜਿਹੜਾ
ਯੂਨੀਅਨ ਹੈ ਜੀ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਉਹਨਾਂ ਦਾ ਪਿਛਲੇ ਕੁਝ ਸਮੇਂ ਤੋਂ ਕੇਸ ਚੱਲ ਰਿਹਾ ਸੀ ਸੋ ਉਹਦੀ ਜਿਹੜੀ ਸਾਰਾ ਡਿਟੇਲ ਵਿਸਥਾਰ ਹੈ ਉਹ ਰਿਕਾਰਡਿੰਗ 'ਚ ਇੰਟਰਵਿਊ ਜਿਹੜੇ ਜੈਂਟਲਮੈਨ ਕਰ ਰਹੇ ਨੇ ਉਹਨਾਂ ਨੇ ਸਾਨੂੰ ਦੱਸ ਦੇਣਾ ਹਾਂਜੀ ਹਾਂ ਔਰ ਮੈਂ ਖਿਆਲ ਅਗਲੇ ਹਫ਼ਤੇ ਅਸੀਂ ਇਹਨੂੰ ਹੋਰ ਜ਼ਿਆਦਾ ਡਿਟੇਲ 'ਚ ਵੀ ਡਿਸਕਸ਼ਨ ਕਰਾਂਗੇ ਇਹਦੀ ਬਿਲਕੁਲ ਬਿਲਕੁਲ ਦੋਸਤੋ ਇਸ ਪ੍ਰੋਗਰਾਮ ਦੇ ਵਿੱਚ ਬਿਲਕੁਲ ਇੰਟਰੋਡਕਸ਼ਨ ਦੇਣ ਦੀ ਲੋੜ ਨਹੀਂ ਸਾਡੇ ਸਾਥੀ ਨਰਿੰਦਰ ਕੁਮਾਰ ਜੀਤ ਐਡਵੋਕੇਟ ਨਰਿੰਦਰ ਕੁਮਾਰ ਜੀਤ ਬਠਿੰਡੇ ਤੋਂ ਜਿਹੜੇ ਅਸੀਂ ਪਹਿਲਾਂ ਵੀ ਕਾਫੀ ਸਾਰੇ ਕਿਸਾਨ ਮਜ਼ਦੂਰ ਮਸਲਿਆਂ ਦੇ ਵਿੱਚ ਕਾਫੀ ਵਧੀਆ ਤਰੀਕੇ ਨਾਲ ਸਾਰੀ ਮੂਵਮੈਂਟ ਨੂੰ ਲੀਡ ਤੇ ਨਹੀਂ ਕਰ ਸਕਦੇ ਉਹਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਕੰਟਰੀਬਿਊਸ਼ਨ ਹੈ ਖਾਸ ਕਰ ਜਿਹੜਾ ਕਿਸਾਨ ਮੋਰਚਾ ਜਿਹੜਾ ਫੇਸਬੁੱਕ ਪੇਜ ਹੈ ਔਰ ਉਹਨਾਂ ਦੇ ਜਿਹੜਾ ਕਿਸਾਨ ਤੇ ਮਜ਼ਦੂਰ ਮੋਰਚਾ ਜਿੰਨਾ ਵੀ ਉਹਨਾਂ ਦਾ ਲੀਗਲ ਪੱਖ ਵਾ ਉਹਨੂੰ ਉਹ ਰੀਪ੍ਰਜੈਂਟ ਕਰਦੇ ਨੇ ਤੇ ਈਵਨ ਜਿਹੜਾ ਸਾਡਾ ਪ੍ਰੋਗਰਾਮ ਉਹਨੂੰ ਜੀ ਪਿਛਲੇ ਦੋ ਹਫ਼ਤੇ ਪਹਿਲਾਂ ਅਸੀਂ ਕਰ ਚੁੱਕੇ ਹਾਂ ਸ਼ਹੀਦ ਸਾਧੂ ਸਿੰਘ ਤਖਤੂਪੁਰਾ ਦਾ ਜਿਹੜਾ ਕੇਸ ਹੈ ਉਹ ਵੀ ਹਿਸਟਰੀ ਕੀ ਹੈ ਕਿਸ ਤਰੀਕੇ ਨਾਲ ਪਰ ਬੇਸਿਕਲੀ ਜਿਹੜੀ ਗੱਲ ਸਮਝ ਇਹ ਆ ਰਹੀ ਹੈ ਕਿ ਜਿਹੜਾ ਇਹ ਜਿਹੜਾ ਪਿੰਡ ਦੇ ਵਿੱਚ ਸ਼ਰਾਬ ਦੇ ਠੇਕੇ ਸੀਗੇ ਓਬਵੀਅਸਲੀ ਉਹ ਧਾੜਵੀਂ ਸਰਕਾਰ ਦੇ ਬੰਦਿਆਂ ਦੇ ਸੀਗੇ ਇਹ ਜਿਹੜੀ ਕਿਸਾਨ ਤੇ ਮਜ਼ਦੂਰ ਯੂਨੀਅਨ ਹੈ ਹਾਂਜੀ ਇਹ ਇਹਦਾ ਵਿਰੋਧ ਕਰਦੇ ਸੀਗੇ ਔਰ ਕਿਸ ਤਰੀਕੇ ਦੇ ਨਾਲ ਤਸ਼ੱਦਦ ਔਰ ਬਿਲਕੁਲ ਜਿਹੜੀ ਜਸਵੰਤ ਸਿੰਘ ਖਾਲੜਾ ਵਰਗੀ ਉਹੀ ਤਸਵੀਰ ਤੁਹਾਨੂੰ ਦਿਸੂਗੀ ਕਿ ਉਹ ਹਜੇ ਤੱਕ ਵੀ ਉਹ ਤਸ਼ੱਦਦ ਲੋਕਾਂ ਦੇ ਉੱਪਰ ਖਤਮ ਨਹੀਂ ਹੋਇਆ ਹੈਗਾ ਔਰ ਖਾਸ ਕਰਕੇ ਜਿਹੜਾ ਲਤਾੜਿਆ ਹੋਇਆ ਵਰਗਾ ਉਹਨਾਂ ਦੇ ਵਾਸਤੇ ਸਟੇਟ ਹੈ ਜਿਹੜੀ ਉਹ ਉਵੇਂ ਹੀ ਕੰਮ ਕਰ ਰਹੀ ਹੈ ਸਰਮੁਖ ਸਿੰਘ ਸੇਲਬਰਾ ਜੀ ਜੋ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਬਲਾਕ ਆਗੂ ਨੇ 2011 ਦੇ ਵਿੱਚ ਸੇਲਬਰਾ ਦੇ ਵਿੱਚ ਲੋਕਾਂ ਨੇ ਸ਼ਰਾਬ ਮਾਫੀਏ ਦੇ ਕਾਰੋਬਾਰ ਦਾ ਵਿਰੋਧ ਕੀਤਾ ਸੀ ਜੋ ਕਿ ਪੁਲਿਸ ਪ੍ਰਸ਼ਾਸਨ ਦੀ ਮਦਦ ਨਾਲ ਉੱਥੇ ਗੈਰ ਕਾਨੂੰਨੀ ਢੰਗ ਨਾਲ ਸ਼ਰਾਬ ਵੇਚੀ ਜਾ ਰਹੀ ਸੀ ਤਾਂ ਉਸ ਵਿਰੋਧ ਕਰਨ ਤੇ ਪੁਲਿਸ ਨੇ ਬਹੁਤ ਉੱਥੇ ਤਸ਼ੱਦਦ ਹੋਇਆ ਸੀਗਾ ਤੇ ਇੱਕ ਝੂਠਾ ਕੇਸ ਪਾਇਆ ਸੀ ਜਿਹਦੇ ਤੇ ਸੁਰਮੁਖ ਸਿੰਘ ਸੇਲਬਰਾ ਤੇ ਪੁਲਿਸ ਤੋਂ SLR ਖੋਹਣ ਤੇ ਨਾਲ ਪੁਲਿਸ ਦਾ ਵਾਹਨ ਸਾੜਨ ਦਾ ਕੇਸ ਦਰਜ ਕੀਤਾ ਗਿਆ ਸੀ ਬਹੁਤ ਸੀਰੀਅਸ ਅਫੈਂਸ ਚੱਲਿਆ ਸੀਗਾ ਔਰ ਉਸ ਦੌਰਾਨ ਬਹੁਤ ਤਸ਼ੱਦਦ ਦਾ ਇਹਨਾਂ ਨੂੰ ਸ਼ਿਕਾਰ ਬਣਾਇਆ ਗਿਆ ਪਰ ਅਦਾਲਤ ਨੇ ਜੋ ਪੁਲਿਸ ਨੇ ਕੇਸ ਪੇਸ਼ ਕੀਤਾ ਉਸ ਨੂੰ ਸਬੂਤਾਂ ਨੂੰ ਨਾਕਾਫੀ ਮੰਨਦੇ ਹੋਏ ਇਹਨਾਂ ਨੂੰ ਬਰੀ ਕਰ ਦਿੱਤਾ ਔਰ ਉਸ ਕੇਸ ਨੂੰ ਝੂਠਾ ਮੰਨਿਆ ਗਿਆ ਅਦਾਲਤ ਵੱਲੋਂ ਤਾਂ ਉਸ ਕੇਸ ਦੇ ਦੌਰਾਨ ਜਿਹੜਾ ਕਿ ਝੂਠਾ ਕੇਸ ਸੀਗਾ ਤਾਂ ਇਹਨਾਂ ਨੂੰ ਕਿਸ ਕਿਸਮ ਦੇ ਤਸ਼ੱਦਦ ਦਾ ਸਾਹਮਣਾ ਕਰਨਾ ਪਿਆ ਤਾਂ ਸੁਰਮੁਖ ਜੀ ਤੁਸੀਂ ਜ਼ਰਾ ਦੱਸੋ ਸਾਨੂੰ ਕਿਸ ਕਿਸਮ ਦਾ ਤਸ਼ੱਦਦ ਸਾਨੂੰ ਝੱਲਣਾ ਪਿਆ ਇਸ ਤਰ੍ਹਾਂ 13 ਮਈ 2011 ਨੂੰ ਰਾਮਪੁਰੇ ਦੇ ਬਾਜ਼ਾਰ ਦੇ ਵਿੱਚੋਂ ਭਰੇ ਹੋਏ ਬਾਜ਼ਾਰ ਦੇ ਵਿੱਚੋਂ ਗ੍ਰਿਫਤਾਰ ਕਰਕੇ CI ਸਟਾਫ ਦੇ ਵਿੱਚ ਮੈਨੂੰ ਲਿਜਾਇਆ ਗਿਆ ਉੱਥੇ ਉਸ ਤੋਂ ਬਾਅਦ ਲਗਾਤਾਰ ਰਾਤ ਦੇ 1:30 ਵਜੇ ਤੱਕ ਤਸ਼ੱਦਦ ਕੀਤਾ ਗਿਆ ਕਿਸੇ ਵੀ ਮੈਨੂੰ ਕੋਰਟ ਦੇ ਵਿੱਚ ਨਹੀਂ ਪੇਸ਼ ਕੀਤਾ ਗਿਆ ਨਾ ਹੀ ਮੈਨੂੰ ਇਹਨਾਂ ਨੇ ਆਪਣਾ ਕਿਸੇ ਡਾਕਟਰ ਦੀ ਕੋਈ ਸਹਾਇਤਾ ਦਿੱਤੀ ਗਈ ਹੈਗੀ ਤਾਂ ਉਸ ਤੋਂ ਬਾਅਦ ਜੋ ਤਸ਼ੱਦਦ ਕੀਤਾ ਗਿਆ ਸਭ ਤੋਂ ਪਹਿਲਾਂ ਮੇਰੇ ਉਹਨਾਂ ਨੇ ਮੈਨੂੰ ਨਿਰਵਸਤਰ ਕਰਕੇ ਘੋਟੇ ਲਾਏ ਗਏ ਜੀ ਉਸ ਤੋਂ ਬਾਅਦ ਕਰੰਟ ਲਾਇਆ ਗਿਆ ਹੈਗਾ ਅਤੇ ਘੋਟੇ ਲਾਏ ਪੰਜ ਛੇ ਬੰਦੇ ਸੀਗੇ ਤਿੰਨ ਤਿੰਨ ਚਾਰ ਚਾਰ ਇੱਧਰ ਹੋ ਕੇ ਨਾ ਉਹਨਾਂ ਨੇ ਇੱਥੇ ਪੂਰੇ ਮਤਲਬ ਮੇਰੇ ਉਹ ਕਰਨ ਦੀ ਕੋਸ਼ਿਸ਼ ਕੀਤੀ ਵੀ ਜੋ ਆਪਣੇ ਮਾਸਪੇਸ਼ੀਆਂ ਇਹਨਾਂ ਨੂੰ ਵੀ ਅੱਗੇ ਤੋਂ ਇਹ ਤੁਰ ਫਿਰ ਨਾ ਸਕੇ ਅਤੇ ਉਸ ਤੋਂ ਬਾਅਦ ਪਹਿਲਾਂ ਉਹਨੇ ਘੋਟੇ ਲਾਏ ਹੈਗੇ ਘੋਟਿਆਂ ਤੋਂ ਬਾਅਦ ਮੇਰੇ 'ਤੇ ਉਹਨਾਂ ਨੇ ਕਰੰਟ ਲਾਇਆ ਹੈਗਾ ਪਾਣੀ ਦੇ ਵਿੱਚ ਡੁਬਾਉਣਾ ਉਸ ਤੋਂ ਬਾਅਦ ਕੀ ਕੀਤਾ ਇਹਨਾਂ ਨੇ ਲਗਭਗ 1:30 ਵਜੇ ਤੱਕ ਇੱਥੇ ਸਾਦਤ ਕਰਨ ਤੋਂ ਬਾਅਦ ਮੈਂ ਥਾਣੇ ਲੈ ਕੇ ਚਲੇ ਗਏ ਥਾਣੇ ਦੇ ਵਿੱਚ ਉਹਨਾਂ ਨੇ ਸਾਰਿਆਂ ਨੇ ਪਹਿਲਾਂ ਤਾਂ ਪਸਾਬ ਕੀਤਾ ਮੇਰੇ ਉੱਪਰ ਮੈਨੂੰ ਨਿਰਵਸਤਰ ਕਰਕੇ ਅਤੇ ਮੂੰਹ ਦੇ ਵਿੱਚ ਡਾਂਗ ਪਾ ਕੇ ਇਹਨਾਂ ਨੇ ਜਿੰਨਾ ਵੀ ਵੱਧ ਤੋਂ ਵੱਧ ਸੀਗਾ ਉਹ ਸਾਹਿਬ ਉਹਨਾਂ ਨੇ ਮੂੰਹ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਆ ਉਸ ਤੋਂ ਬਾਅਦ ਇਹਨਾਂ ਨੇ ਇੱਕ ਬੋਤਲ ਲਿਆਂਦੀ ਹੈਗੀ ਬੋਤਲ ਦੇ ਰਾਹੀਂ ਮੇਰੇ ਆਪਣਾ ਅੰਦਰ ਕੀਤਾ ਪਾਇਆ ਇਹਨਾਂ ਨੇ ਆਪਣਾ ਜਿੰਨਾ ਪਸਾਬ ਸੀਗਾ ਉਸ ਤੋਂ ਬਾਅਦ ਜਦੋਂ ਮੁੱਕ ਗਿਆ ਤਾਂ ਜੋ ਪਹਿਲਾਂ ਗ੍ਰਿਫਤਾਰ ਕੀਤੇ ਹੋਏ ਸਾਡੇ ਕਿਸਾਨ ਮਜ਼ਦੂਰ ਸੀ ਪਿੰਡ ਵਾਸੀ ਸੀਗੇ ਉਹਨਾਂ ਨੂੰ ਵੀ ਇਹਨਾਂ ਨੇ ਹਵਾਲਾਤ ਬਾਹਰ ਨਹੀਂ ਕੱਢਿਆ ਸੀਗਾ ਜਿੰਨਾ ਉਹਨਾਂ ਦਾ ਵਿਸਾਹ ਪਿਆ ਸੀ ਉੱਥੇ ਇੱਕ ਡਰੰਮ ਭਰਿਆ ਪਿਆ ਸੀਗਾ ਉਹਦੇ ਵਿੱਚ ਬੋਤਲ ਭਰ ਕੇ ਲਿਆਂਦੀ ਇਹਨਾਂ ਨੇ ਉਹ ਮੇਰੇ 'ਤੇ ਪਾਇਆ ਗਿਆ ਗਾ ਅਤੇ ਹੋਰ ਵੀ ਜਾਣੀ ਕਿ ਜਿੰਨਾ ਵੀ ਹੋਰ ਇਹਨੇ ਹੋਰ ਪ੍ਰੈਸ਼ਰ ਕਰ ਸਕਦੇ ਜਿਵੇਂ ਕਿ ਉੱਥੋਂ ਕੋਈ ਹੋਰ ਗੰਦਾ ਮੰਦਾ ਲਿਆ ਕੇ ਉਹਨੇ ਮੂੰਹ 'ਚ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਉੱਥੇ 35-40 ਸੀਗੇ ਲਗਭਗ ਲੋਕ ਉਹਨਾਂ ਦੇ ਸਾਹਮਣੇ ਵੀ ਵੱਡੀ ਪੱਧਰ 'ਤੇ ਇਹਨੇ ਸਦਰ ਕੀਤਾ ਗਿਆ ਅਤੇ ਜਿਹੜਾ ਇੱਥੇ ਸਦਰ ਕਰਨ ਵਾਲਾ ਮੁੱਖ ਆ ਉੱਥੋਂ ਦਾ ਅਫਸਰ ਸੁਰਮੁਖ ਸਿੰਘ ਜੀ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਤੋਂ ਉਹਨਾਂ ਦੀ ਗੱਲਬਾਤ
ਦੋਸਤੋ ਅਗਲੇ ਹਫ਼ਤੇ ਅਗਲੇ ਮੰਡੇ ਨੂੰ ਕੋਸ਼ਿਸ਼ ਕਰਾਂਗੇ ਕਿ ਇੱਕ ਗੱਲ ਨੂੰ ਜੀ ਵੈਸੇ ਆਪਾਂ ਮੇਰੇ ਖਲ ਦੱਸਣਾ ਭੁੱਲ ਗਏ ਖੁਸ਼ਖਬਰੀ ਕਹਿ ਲਓ ਪਰ 5 ਸਾਲ ਇਹਨਾਂ ਨੇ ਤਸ਼ੱਦਰ ਪੁਲਿਸ ਦਾ ਝੱਲਿਆ ਸਾਥੀਆਂ ਨੇ ਪਰ ਫਿਰ ਵੀ ਇਹਨਾਂ ਨੇ ਕੁਮਾਰਜੀਤ ਹੋਣਾਂ ਦੀ ਮਿਹਨਤ ਸਦਕਾ ਇਹ ਕੇਸ ਜਿਹੜਾ ਹੁਣ ਇਹ ਜਿੱਤ ਗਏ ਨੇ ਜਿੰਨੇ ਵੀ ਇਹ ਝੂਠੇ ਕੇਸ ਸੀਗੇ ਉਹ ਬਿਲਕੁਲ ਗਲਤ ਕੋਰਟ ਦੇ ਵਿੱਚ ਸਾਬਤ ਹੋ ਗਿਆ ਤੋ ਇਸ ਗੱਲ ਤੇ ਆਪਾਂ ਨਿਰਨ ਕੁਮਾਰ ਜੀ ਤੇ ਉਹਨਾਂ ਦੀ ਟੀਮ ਨੂੰ ਵਧਾਈਆਂ ਦਿੰਦੇ ਹਾਂ ਪਰ ਨਾਲ ਦੀ ਨਾਲ ਜਿਹੜਾ ਤਸ਼ੱਦਦ ਹੈ ਜਿਹੜਾ 5 ਸਾਲ ਇਹਨਾਂ ਨੇ ਸਾਥੀਆਂ ਨੇ ਤਸ਼ੱਦਦ ਝੱਲਿਆ ਔਰ ਅਨੂ ਜੀ ਆਪਾਂ ਗੱਲ ਕਰਦੇ ਸੀ ਪਿਛਲੇ ਹਫ਼ਤੇ ਪ੍ਰੋਫੈਸਰ ਰਵਿੰਦਰ ਸਿੰਘ ਚਾਹਲ ਹੋਣਾਂ ਨਾਲ ਕਿ ਕਿਸ ਤਰੀਕੇ ਨਾਲ ਪੰਜਾਬ ਦੀ ਜਿਹੜੀ ਅਣਖ ਨੂੰ ਕਿਵੇਂ ਉਹਨੂੰ ਖਤਮ ਕੀਤਾ ਜਾ ਰਿਹਾ ਆਹ ਵੀ ਇੱਕ ਉਹਦਾ ਹੀ ਇੱਕ ਸੈਂਪਲ ਹੈ ਕਿ ਕਿਸੇ ਦੇ ਚਿਹਰੇ ਦੇ ਉੱਪਰ ਥੁੱਕਣਾ ਕਿਸੇ ਚਿਹਰੇ ਦੇ ਉੱਪਰ ਤੁਸੀਂ ਪਿਸ਼ਾਬ ਪਾਉਣਾ ਉਹਦੀ ਬਿਲਕੁਲ ਤੁਸੀਂ ਉਹਨੂੰ ਖਤਮ ਕਰਤਾ ਤੁਸੀਂ ਉਸ ਇਨਸਾਨ ਨੂੰ ਉਹਦੀ ਅਣਖ ਨੂੰ ਤੁਸੀਂ ਕੀ ਉਹਦੇ ਵਿੱਚ ਬਾਅਦ ਦੇ ਵਿੱਚ ਤੁਹਾਡੀ ਜਿਹਨੂੰ ਆਪਾਂ ਪੰਜਾਬੀ ਚ ਸੈਲਫ ਰਿਸਪੈਕਟ ਕਹਿੰਦੇ ਹਾਂ ਬਿਲਕੁਲ ਨਹੀਂ ਰਹੇ ਹਿਊਮੀਲੇਸ਼ਨ ਹੈ ਕਿ ਹਿਊਮੀਲੇਸ਼ਨ ਹੈ ਇੱਕ ਅਣਮਨੁੱਖੀ ਤਰੀਕੇ ਵਰਤਾ ਰਹੇ ਨੇ ਸਾਰੇ ਸੋ ਇਹੋ ਜਿਹੇ ਵਰਤਾਰੇ ਚੱਲ ਰਹੇ ਨੇ ਜੀ ਪੰਜਾਬ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਬੜੇ ਖਤਰਨਾਕ ਦੂਸਰੇ ਪਾਸੇ ਤੁਸੀਂ ਦੱਸ ਰਹੇ ਸੀ ਜਿਹੜਾ ਉੱਧਰ ਹੈਦਰਾਬਾਦ ਯੂਨੀਵਰਸਿਟੀ ਵਾਲੇ ਜਿਹੜੇ ਅਨੂ ਜੀ ਸੰਘਰਸ਼ ਲੜੇ ਜਿਹੜਾ ਇੱਕ ਦਲਿਤ ਕੁੜੀ ਦੇ ਨਾਲ ਹਾਂਜੀ 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 ਉਹ ਰਾਜਸਥਾਨ ਵਿੱਚ ਇੱਕ ਲੜਕੀ ਨਾਬਾਲਿਗ ਲੜਕੀ ਪਰ ਉਹ ਕਿਸੇ ਐਜੂਕੇਸ਼ਨਲ ਇੰਸਟੀਟਿਊਸ਼ਨ ਵਿੱਚ ਪੜ੍ਹਦੀ ਲੜਕੀ ਉਹ ਉੱਥੇ ਹੋਸਟਲ ਵਿੱਚ ਰਹਿੰਦੇ ਤੋ ਉਹ ਲੜਕੀ ਦੀ ਲਾਸ਼ ਪ੍ਰਾਪਤ ਹੋਈ ਹੈ ਪਿਛਲੇ ਹਫ਼ਤੇ ਹੋਇਆ ਇਸ ਤਰ੍ਹਾਂ ਕਿ ਮੇਰੇ ਖਿਆਲ ਸਿਰਫ 3 ਜਾਂ 4 ਲੜਕੀਆਂ ਹੋਸਟਲ ਵਿੱਚ ਸਨ ਬਾਕੀ ਛੁੱਟੀਆਂ ਵਿੱਚ ਆਪਣੇ ਆਪਣੇ ਘਰੀ ਗਈਆਂ ਸਨ ਤੋ ਇਸ ਲੜਕੀ ਨੂੰ ਜਿਹੜਾ ਉੱਥੇ ਫਿਜ਼ੀਕਲ ਐਜੂਕੇਸ਼ਨ ਦਾ ਜਾਂ ਪੀਟੀ ਜਿਹਨੂੰ ਕਹਿੰਦੇ ਆ ਇੰਡੀਆ ਵਿੱਚ ਟੀਚਰ ਉਹਨੇ ਬੁਲਵਾ ਕੇ ਆਪਣੇ ਕਮਰੇ ਦੀ ਸਾਫ਼ ਸਫਾਈ ਕਰਵਾਉਣ ਵਾਸਤੇ ਬੁਲਵਾਇਆ ਤੋ ਉਸ ਲੜਕੀ ਦਾ ਓਬਵੀਅਸਲੀ ਬਲਾਤਕਾਰ ਕੀਤਾ ਤੋ ਉਸ ਤੋਂ ਬਾਅਦ ਉਹਦੀ ਇਸ ਤਰ੍ਹਾਂ ਲਾਸ਼ ਬਰਾਮਦ ਹੋਈ ਹੈ ਤੋ ਉਹ ਜਿਹੜਾ ਟੀਚਰ ਹੈ ਉਹ ਇਹ ਕਹਿ ਰਿਹਾ ਕਿ ਉਹ ਬਲਾਤਕਾਰ ਨਹੀਂ ਸੀ ਉਹ ਲੜਕੀ ਦਾ ਕੰਸੈਂਟ ਸੀ ਇਹ ਸਾਰੇ ਮਾਮਲੇ ਵਿੱਚ ਤੋ ਉਹਦੀ ਇਨਵੈਸਟੀਗੇਸ਼ਨ ਜਿਹੜੀ ਇਸ ਵਕਤ ਚੱਲ ਰਹੀ ਹੈ ਔਰ ਹੈਦਰਾਬਾਦ ਯੂਨੀਵਰਸਿਟੀ ਵਾਲੇ ਔਰ ਹੋਰ ਵੀ ਜਿਹੜੇ ਵਿਦਿਆਰਥੀ ਨੇ ਉਹ ਪੂਰਾ ਪ੍ਰੋਟੈਸਟ ਕਰ ਰਹੇ ਨੇ ਇਹਦੇ ਖਿਲਾਫ਼ ਵੀ ਕਿ ਉਹ ਦਲਿਤ ਲੜਕੀ ਸੀ ਨਾਬਾਲਿਗ ਸੀ ਸੋ ਕਾਫ਼ੀ ਸਾਰੀਆਂ ਗੱਲਾਂ ਨੇ ਜਿਹੜੀਆਂ ਕਿ ਉਹਦੇ ਵਿੱਚ ਠੀਕ ਨਹੀਂ ਹਨ ਤੋ ਬੜਾ ਦੁੱਖ ਹੁੰਦਾ ਹੈ ਇਸ ਤਰ੍ਹਾਂ ਦੀਆਂ ਖ਼ਬਰਾਂ ਸੁਣ ਕੇ ਕਿ ਅੱਜ ਦੇ ਦੌਰ ਵਿੱਚ ਵੀ ਇਹੋ ਕੁਝ ਹੀ ਵਾਪਰ ਰਿਹਾ ਹੁਣ ਵੀ ਵੈਸੇ ਵੀ ਇਹਨੂੰ ਜਦੋਂ ਤੁਸੀਂ ਜਿਹੜੀ ਤੁਸੀਂ ਨੈਕਸਟ ਵੀਡੀਓ ਚਲਾਉਣ ਜਾ ਰਹੇ ਹੋ ਮਤਲਬ ਜਿਹੜੇ ਉਹਨਾਂ ਦੇ ਚਿਹਰੇ ਨੇ ਸਾਥੀਆਂ ਦੇ ਬਹੁਤ ਹੀ ਅਫਸੋਸ ਮਤਲਬ ਕਿਸੇ ਟਾਈਮ ਵੀ ਉਹ ਇੱਦਾਂ ਇਮੋਸ਼ਨਲ ਕਾਫੀ ਲੱਗਦੇ ਨੇ ਉਹ ਸੋ ਤੁਹਾਨੂੰ ਮੇਰੇ ਖਿਆਲ ਤੁਸੀਂ ਇਹਨੂੰ ਜੀ ਪੋਸਟ ਵੀ ਫੇਸਬੁੱਕ ਤੇ ਤੁਸੀਂ ਕਰਿਆ ਜੀ ਜ਼ਰੂਰ ਹਾਂਜੀ ਹਾਂ ਮੈਂ ਸਾਰਿਆਂ ਨਾਲ ਸ਼ੇਅਰ ਕਰਾਂਗੀ ਪੋਸਟ ਕਿਉਂਕਿ ਇਹ ਵੀਡੀਓਜ਼ ਨੇ ਓਬਵੀਅਸਲੀ ਇੱਥੇ ਆਡੀਓ ਸਾਰਿਆਂ ਨੂੰ ਸੁਣੇਗੀ ਪਰ ਚੰਗਾ ਹੋਏਗਾ ਕਿਉਂਕਿ ਸਾਰੇ ਸਾਡੇ ਸਰੋਤੇ ਇਹਦੀ ਵੀਡੀਓ ਵੀ ਦੇਖਣ ਉਹ ਹੋਰ ਜ਼ਿਆਦਾ ਇੱਕ ਵੱਖਰੇ ਤਰੀਕੇ ਨਾਲ ਸਾਰੀ ਗੱਲਬਾਤ ਦੀ ਸਮਝ ਆਉਂਦੀ ਹੈ ਅਗਰ ਅਸੀਂ ਵੀਡੀਓ ਵੀ ਨਾਲ ਦੇਖਦੇ ਹਾਂ ਬਿਲਕੁਲ ਕੁਲਵੰਤ ਸਿੰਘ ਸੇਲਵਾਲਾ ਜੀ ਤੁਸੀਂ ਪੇਂਡੂ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਹੋ ਤਾਂ 2011 ਦੇ ਵਿੱਚ ਜੋ ਸ਼ਰਾਬ ਮਾਫੀਆ ਤੁਹਾਡੇ ਪਿੰਡ ਦੇ ਵਿੱਚ ਕਾਰੋਬਾਰ ਕਰ ਰਿਹਾ ਸੀ ਜਿਸ ਦਾ ਪਿੰਡ ਵਾਸੀਆਂ ਨੇ ਵਿਰੋਧ ਕੀਤਾ ਤਾਂ ਵਿਰੋਧ ਕਰਨ ਤੇ ਪੁਲਿਸ ਨੇ ਤੁਹਾਡੇ ਖਿਲਾਫ਼ ਤੇ ਹੋਰ ਬਹੁਤ ਸਾਰੇ ਤੁਹਾਡੇ ਪਿੰਡ ਦੇ ਲੋਕਾਂ ਦੇ ਖਿਲਾਫ਼ ਇੱਕ ਝੂਠਾ ਪਰਚਾ ਪਾਇਆ ਸੀ ਜਿਹਦੇ ਵਿੱਚੋਂ ਤੁਸੀਂ ਅੱਜ ਬਰੀ ਹੋ ਗਏ ਹੋ ਤੇ ਉਹ ਪਰਚਾ ਬੜਾ ਸੰਗੀਨ ਸੀ ਉਹਦੇ ਵਿੱਚ ਤੁਹਾਡੇ ਤੇ ਪੁਲਿਸ ਤੋਂ SLR ਖੋਣ ਪੁਲਿਸ ਦੀ ਗੱਡੀ ਸਾੜ ਦੇਣ ਦਾ ਤੇ ਹੋਰ ਬਹੁਤ ਪੁਲਿਸ ਦੇ ਉੱਤੇ ਹਮਲਾ ਕਰਨ ਦੇ ਮੁਲਾਜ਼ਮਾਂ ਨੂੰ ਫੱਟੜ ਕਰਨ ਦੇ ਇਹ ਜਿਹੇ ਇਲਜ਼ਾਮ ਲਗਾਏ ਗਏ ਸੀ ਪਰ ਪੁਲਿਸ ਨੇ ਉਹ ਸਾਰੇ ਜਿਹੜੀ ਕਹਾਣੀ ਸੀ ਅਦਾਲਤ ਨੇ ਉਸਨੂੰ ਝੂਠੀ ਮੰਨਦੇ ਹੋਏ ਤੁਹਾਨੂੰ ਬਰੀ ਕੀਤਾ ਇਹ ਜੇ ਸੰਗੀਨ ਕੇਸ ਦੇ ਵਿੱਚੋਂ ਤੁਸੀਂ ਬਰੀ ਹੋਏ ਹੋ ਪਰ ਇਸ ਦੇ ਦੌਰਾਨ ਇਸ ਕੇਸ ਦੌਰਾਨ ਤੁਹਾਡੇ ਤੇ ਬੜਾ ਤਸ਼ੱਦਦ ਪਿੰਡ ਦੇ ਲੋਕਾਂ ਤੇ ਹੋਇਆ ਤਾਂ ਤੁਸੀਂ ਸਾਂਝਾ ਕਰੋਗੇ ਕਿ ਇਸ ਦੌਰਾਨ ਤੁਹਾਨੂੰ ਕਿਸ ਕਿਸਮ ਦੇ ਤਸ਼ੱਦਦ ਦਾ ਸ਼ਿਕਾਰ ਬਣਾਇਆ ਗਿਆ ਕਾਂਡ ਵਾਪਰਨ ਤੋਂ ਬਾਅਦ ਸੇਲਬਰਾ ਕਾਂਡ ਆ ਜੋ ਸ਼ਰਾਬ ਜੋ 2 ਨੰਬਰ ਦੀ ਸ਼ਰਾਬ ਤੇ ਸ਼ਰਾਬ ਮਾਫੀਆ ਪਲੱਸ ਜਿਹੜੀ ਪੁਲਿਸ ਤੇ ਸਰਕਾਰ ਜੋ ਬਕਾ ਰਹੀ ਸੀ ਉਹਦਾ ਪਿੰਡ ਵਾਸੀ ਤੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਤੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਸੀ ਜਿਹੜਾ ਕੇਸ ਲੜਿਆ ਜਾ ਰਿਹਾ ਸੀਗਾ ਪੁਲਿਸ ਨੇ ਜੋ ਕਹਾਣੀ ਇਹ ਝੂਠੀ ਬਣਾ ਕੇ ਸਾਨੂੰ ਕੇਸ ਦੇ ਵਿੱਚ ਜੋ ਫਿੱਟ ਕੀਤਾ ਗਾ ਜੋ ਸਾਡੇ ਤੇ ਤਸੱਦਦ ਹੋਇਆ ਮੈਨੂੰ ਫੜਨ ਤੋਂ ਬਾਅਦ ਥਾਣੇ ਦੇ ਵਿੱਚ ਮੈਨੂੰ ਲਿਜਾਇਆ ਗਿਆ ਗਾ ਤਾਂ ਰਾਤ ਨੂੰ 9 ਵਜੇ ਦੇ ਕਰੀਬ ਮੈਨੂੰ ਨਿਰਵਸਤਰ ਕਰਕੇ ਜੋ ਆ ਥਾਣੇ ਦਾ ਮੁਖੀ ਆ ਜੋ ਇੰਸਪੈਕਟਰ ਸੀਗਾ ਉਸਨੇ
ਮੇਰੇ ਪੁੱਠਾ ਕਰਕੇ ਮੈਨੂੰ ਮੇਰੇ ਡਾਂਗਾ ਮਾਰੀਆਂ ਤਲੀ ਦੇ ਉੱਤੇ ਲਗਭਗ 100-150 ਦੇ ਆਸ ਪਾਸ। ਉਸ ਤੋਂ ਬਾਅਦ ਮੈਥੋਂ ਤੁਰਿਆ ਨਹੀਂ ਗਿਆ ਕਿਉਂਕਿ ਮੇਰੀਆਂ ਲੱਤਾਂ ਸੀਗਾ ਜੋ ਪੈਰ ਸੀ ਮੇਰੇ ਸੁੱਜ ਚੁੱਕੇ ਸੀਗੇ। ਦੋ ਪੁਲਿਸ ਵਾਲਿਆਂ ਨੇ ਮੈਨੂੰ ਮੋਢਿਆਂ 'ਤੇ ਹੱਥ ਪਾ ਕੇ ਮੈਨੂੰ ਤੋਰਿਆ ਥੋੜ੍ਹਾ ਬਹੁਤਾ। ਉਸ ਤੋਂ ਬਾਅਦ ਦੁਬਾਰਾ ਫਿਰ 11:30 ਦੇ ਵਜੇ ਦੇ ਕਰੀਬ ਹੋਰ ਪੁਲਿਸ ਮੁਲਾਜ਼ਮ ਆਏ ਆ ਜੋ ਸਿਵਲ ਦੇ ਵਿੱਚ ਸੀਗੇ ਰਾਤ ਨੂੰ, ਕਿਉਂਕਿ ਵਰਦੀ ਨਹੀਂ ਸੀ ਪਾਈ ਹੋਈ ਉਹਨਾਂ ਦੇ। ਉਹਨਾਂ ਨੇ ਵੀ ਰਾਤ ਨੂੰ ਆ ਕੇ ਮੈਂ ਬਿਲਕੁਲ ਸਰੀਰ ਦੇ ਉੱਤੇ ਮੇਰੇ ਕੋਈ ਕੱਪੜਾ ਨਹੀਂ ਸੀਗਾ ਤਾਂ ਮੇਰੇ ਮੂੰਹ ਦੇ ਉੱਤੇ ਥੁੱਕਿਆ ਗਾ। ਮੇਰੇ ਉੱਤੇ ਜੋ ਪਿਸ਼ਾਬ ਸੀਗਾ ਉਹ ਪਿਸ਼ਾਬ ਪੁਲਿਸ ਮੁਲਾਜ਼ਮਾਂ ਨੇ ਮੇਰੇ ਮੂੰਹ ਦੇ ਉੱਤੇ ਪਿਸ਼ਾਬ ਕੀਤਾ ਗਾ। ਅਤੇ ਉਸ ਤੋਂ ਬਾਅਦ ਰਾਤ ਨੂੰ ਮੈਨੂੰ ਸੀਗਾ ਜਿਹੜਾ ਮੰਜੇ ਦੇ ਉੱਤੇ ਬੰਨ ਕੇ ਮੇਰੇ ਲੱਤਾਂ ਦੇ ਵਿੱਚ ਵੀ ਸੰਗਲ ਪਾ ਤੇ, ਮੇਰੀਆਂ ਬਾਹਾਂ ਦੇ ਵਿੱਚ ਵੀ ਸੰਗਲ ਪਾਏ ਸੀਗੇ। ਉਹੀ SHO ਸੀਗਾ ਜਿਹੜਾ ਥਾਣੇ ਦਾ ਮੁਖੀ ਸੀਗਾ, ਉਹਨੇ ਮੈਨੂੰ ਵਾਲਾਂ ਤੋਂ ਫੜ ਕੇ ਵਾਰ ਵਾਰ ਸੀਗਾ ਜਿਹੜਾ ਸਿਰ ਦੇ ਵਾਲ ਫੜ ਕੇ ਮੈਨੂੰ ਚੱਕ ਚੱਕ ਥੱਲੇ ਮਾਰਿਆ ਗਾ, ਮੇਰੇ ਮੂੰਹ ਦੇ ਉੱਤੇ ਥੁੱਕਿਆ ਗਿਆ। ਮੈਨੂੰ ਮਾਨਸਿਕ ਤੌਰ ਦੇ ਉੱਤੇ ਸੀ ਜਿਹੜਾ ਗਾਲੀ ਗਲੋਚ ਕੀਤੀ ਗਈ ਆ। ਕੋਈ ਵੀ ਇਹੋ ਜਿਹੀ ਹੱਦ ਹੈ ਨਹੀਂ ਕਿ ਜਿਹੜੀ ਮਤਲਬ ਥਾਣੇ ਦੇ ਮੁਖੀ ਨੇ ਸੱਡੀ ਹੋਵੇ। ਸੋ ਜੋ ਕਾਂਡ ਵਾਪਰਿਆ ਗਾ ਅਸੀਂ ਉਹਦਾ ਅੱਜ ਵੀ ਪੂਰੀ ਦ੍ਰਿੜਤਾ ਦੇ ਨਾਲ ਸਿਰਤਾ ਦੇ ਨਾਲ ਅਸੀਂ ਜਿਹੜਾ ਸਾਨੂੰ ਮਾਣ ਆ। ਧੰਨਵਾਦ ਜੀ। ਥੈਂਕ ਯੂ। ਤੋ ਦੋਸਤੋ ਸਨ ਮੈਂਬਰ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ, ਇਹਨਾਂ ਨਾਲ ਵੀ ਤੁਸੀਂ ਸੁਣੀ ਲਿਆ ਖੁਦ ਦੋਨੋਂ ਕਲਿੱਪ ਤੁਸੀਂ ਸੁਣੇ ਆ ਕਿ ਕੀ ਕੁਝ ਹੋਇਆ, ਕਿਸ ਤਰ੍ਹਾਂ ਦਾ ਵਰਤਾਰਾ। ਸੋ ਦੋਸਤੋ ਕਸੂਰ ਸਿਰਫ ਇੰਨਾ ਹੈ ਕਿ ਜਿਹੜਾ ਉੱਥੇ ਇਲੀਗਲ ਜਿਹੜੇ ਸਰਕਾਰੀ ਸ਼ਹਿਰ ਦੇ ਨਾਲ ਜਿਹੜੇ ਪਿੰਡਾਂ ਦੇ ਵਿੱਚ ਸ਼ਰਾਬ ਦੇ ਠੇਕੇ, ਕਿਉਂਕਿ ਖਾਸ ਕਰਕੇ ਮਜ਼ਦੂਰ ਵਰਗ ਦੇ ਵਿੱਚ ਬਹੁਤ ਵੱਡੀ ਪ੍ਰੋਬਲਮ ਹੈ ਅਲਕੋਹਲ ਦੀ, ਡਰੱਗਸ ਦੀ, ਕਿਉਂਕਿ ਉਨ੍ਹਾਂ ਕੁ ਤੇ ਤੁਸੀਂ ਕਮਾਉਣਾ ਹੁੰਦਾ, ਤੁਸੀਂ ਅਡਿਕਟ ਹੋ ਕੇ ਅਤੇ ਉਹ ਜਿਹੜਾ ਬਜਟ ਆ ਸਾਰਾ ਤੁਹਾਡਾ ਉਹ ਫਿਰ ਉੱਧਰ ਖਰਚ ਹੋ ਜਾਂਦਾ। ਬਹੁਤ ਘਰ ਦੇ ਵਿੱਚ ਬਹੁਤ ਪ੍ਰੋਬਲਮ ਦਾ ਸਾਹਮਣਾ ਕਰਨਾ ਪੈਂਦਾ। ਸੋ ਉਹ ਸਾਰੀ ਗੱਲਬਾਤ ਦੇ ਇੱਕ ਸੋਸ਼ਲ ਇਹ ਈਵਲ ਹੈ ਅਤੇ ਉਹਨੂੰ ਖਤਮ ਕਰਨ ਵਾਸਤੇ ਇਹਨਾਂ ਨੇ ਵਿਰੋਧ ਕੀਤਾ ਅਤੇ ਉਹਦਾ ਹਰਜਾਨਾ ਜਿਹੜਾ ਆ ਇਸ ਤਰੀਕੇ ਨਾਲ ਇਹਨਾਂ ਸਾਥੀਆਂ ਨੂੰ ਭਰਨਾ ਪਿਆ। ਬੜੀ ਅਫਸੋਸ ਦੀ ਗੱਲ ਹੈ। ਸੋ ਆਪਾਂ ਅਗਲੇ ਹਫ਼ਤਿਆਂ ਨੂੰ ਜੀ ਬਿਲਕੁਲ ਜਿੰਦੇ ਤਿੰਨ ਸਾਥੀ ਨੇ ਨਾਲੇ ਨਰਿੰਦਰ ਕੁਮਾਰ ਜੀਤ ਹੋਣਾ ਨੂੰ ਪਰ ਕੇਸ ਇਹ ਕਿਵੇਂ ਸ਼ੁਰੂਆਤ ਕਿਵੇਂ ਹੋਈ ਔਰ ਸਾਰੀ ਹਿਸਟਰੀ ਦੇ ਨਾਲ ਫਿਰ ਆਪਾਂ ਅਗਲੇ ਮੰਡੇ ਅੱਜ ਉਹਨਾਂ ਦਾ ਕੋਰਟ ਦੇ ਵਿੱਚ। ਹਾਂਜੀ, ਕੋਸ਼ਿਸ਼ ਤਾਂ ਅੱਜ ਸੀਗੀ ਸਾਡੀ ਪਰ ਉਹ ਬਿਜ਼ੀ ਸਨ ਕੋਰਟ ਵਿੱਚ ਅੱਜ। ਹਾਂਜੀ। ਤੋ ਦੋਸਤੋ ਇੱਕ ਗੀਤ ਪਲੇ ਕਰਨ ਜਾ ਰਹੇ ਹਾਂ, ਉਹਦੇ ਦੌਰਾਨ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 815-8100 ਤੇ 815-8100। ਖਾਸ ਤੌਰ ਤੇ ਕਾਲ ਤੁਸੀਂ ਇਸ ਲਈ ਕਰਨੀ ਹੈ ਕਿ ਲੋਕ ਕਾਫਲਾ ਜਿਹੜਾ ਮੈਗਜ਼ੀਨ ਹੈ ਅਗਰ ਉਹ ਤੁਸੀਂ ਹਾਸਲ ਕਰਨਾ ਚਾਹੁੰਦੇ ਹੋ ਤੋ ਆਪਣੀਆਂ ਡਿਟੇਲਸ ਸਾਨੂੰ ਨੋਟ ਕਰਵਾ ਸਕਦੇ ਹੋ। ਤੋ ਸੋ ਦੋਸਤੋ ਜਿਹੜੇ ਤੇ ਸਾਥੀ ਪ੍ਰੋਗਰਾਮ ਦੇ ਵਿੱਚ ਆਏ ਸੀ ਜਿਨ੍ਹਾਂ ਦੇ ਫ੍ਰੀ ਕਾਪੀ ਲੋਕ ਹਫ਼ਤੇ ਲੈ ਕੇ ਗਏ ਨੇ, ਸੋ ਆਲਰੇਡੀ ਲੋਕਾਂ ਨੇ ਬਹੁਤ ਪਸੰਦ ਕੀਤਾ, ਖਾਸ ਕਰਕੇ ਜਿਹੜੇ ਹਿੰਦੁਸਤਾਨ 'ਚ ਜੋ ਹੁਣ ਫਾਸ਼ੀਵਾਦ ਦਾ ਮਸਲਾ ਹੈ, ਔਰ ਮੈਨੂੰ ਪੱਕਾ ਯਕੀਨ ਹੈ ਕਿ ਇਹ ਜਿਹੜਾ ਕਾਂਡ ਹੋਇਆ ਇਹ ਜਿਹੜਾ ਨੈਕਸਟ ਇਸ਼ੂ ਆਊਗਾ ਉਹਦੇ ਵਿੱਚ, ਕਿਉਂਕਿ ਤ੍ਰੈਮਾਸਿਕ ਹੈ ਤੇ ਸੋਰੀ ਦੋ ਮਾਸਿਕ ਹੈ, ਸੋ ਉਹਦੇ ਵਿੱਚ ਇਹ ਡਿਟੇਲ ਦੇ ਵਿੱਚ ਬੂਟਾ ਸਿੰਘ ਵੀਰ ਜੀ ਕਵਰ ਕਰਨਗੇ। ਬੜਾ ਸ਼ੋਰ ਪੈਂਦਾ ਗਰੀਬਾਂ ਦੇ ਵੇੜੇ, ਇਹ ਅੱਜ ਕੌਣ ਆਇਆ ਸਵੇਰੇ ਸਵੇਰੇ, ਬੜਾ ਸ਼ੋਰ ਪੈਂਦਾ ਸਦੀਆਂ ਤੋਂ ਚੱਲਦਾ ਸਮਾਂ ਬੁਝੇ ਜੇ ਕਾਨੂੰਨਾਂ ਦੇ ਤੂੰ ਖੇਜੇ ਨੇ ਚਿਹਰੇ, ਇਹ ਅੱਜ ਕੌਣ ਆਇਆ ਸਵੇਰੇ ਸਵੇਰੇ, ਬੜਾ ਸ਼ੋਰ ਪੈਂਦਾ ਇੱਕ ਜਣੇ ਚ
ਲੁਕ ਕੇ ਰੋਂਦੇ ਸਿਆਸੀ ਲੁਟੇਰੇ ਇਹ ਅੱਜ ਕੌਣ ਆਇਆ ਸਵੇਰੇ ਸਵੇਰੇ ਬੜਾ ਸ਼ੋਰ ਪੈਂਦਾ ਚੰਦਾ ਹੋਣ ਵਾਲਾ ਲੱਖਾਂ ਲੋਕ ਜੁੜ ਕੇ ਨੇ ਬੈਂਦੇ ਚੁਫੇਰੇ ਇਹ ਅੱਜ ਕੌਣ ਆਇਆ ਸਵੇਰੇ ਸਵੇਰੇ ਬੜਾ ਸ਼ੋਰ ਪੈਂਦਾ ਗਰੀਬਾਂ ਦੇ ਵੇੜੇ ਇਹ ਅੱਜ ਕੌਣ ਦੋਸਤੋ ਇਹ ਗੀਤ ਜਿਹੜਾ ਤੁਸੀਂ ਸੁਣ ਰਹੇ ਸੀ ਕਹਿ ਸਕਦੇ ਹਾਂ ਕਿ ਇਨਕਲਾਬ ਦੀ ਦਸਤਕ ਦਿੰਦਾ ਹੋਇਆ ਗੀਤ ਲਿਖਿਆ ਗੁਰਦਾਸ ਰਾਮ ਆਲਮ ਹੋਰਾਂ ਦਾ ਔਰ ਲਿਖਿਆ ਉਹਨਾਂ ਨੇ ਇਹ ਡਾਕਟਰ ਬੀ ਆਰ ਅੰਬੇਡਕਰ ਹੋਰਾਂ ਦੀ ਤਾਰੀਫ ਵਿੱਚ ਲਿਖਿਆ ਗੀਤ ਔਰ ਗਾਉਣ ਵਾਲੀ ਲੜਕੀ ਜਿਹੜੀ ਹੈ ਰਾਜਨਦੀਪ ਕੌਰ ਇੱਥੇ ਔਕਲੈਂਡ ਵਿੱਚ ਹੀ ਰਹਿੰਦੀ ਹੈ ਲੜਕੀ ਤੋ ਇਹਨਾਂ ਦੇ ਹੋਰ ਵੀ ਇੱਕ ਦੋ ਗੀਤ ਹਨ ਸਮੇਂ ਸਿਰ ਅਸੀਂ ਉਹ ਵੀ ਜ਼ਰੂਰ ਤੁਹਾਡੀ ਨਜ਼ਰ ਕਰਦੇ ਰਹਾਂਗੇ ਤੋ ਅਗਲੀ ਜਿਹੜੀ ਗੱਲਬਾਤ ਹੈ ਅਸੀਂ ਜਿਸ ਤਰ੍ਹਾਂ ਸ਼ੁਰੂ ਵਿੱਚ ਜ਼ਿਕਰ ਕੀਤਾ ਸੀਗਾ ਕਿ ਅਮੋਲ ਸਿੰਘ ਜਿਹੜੇ ਕਿ ਹੈਦਰਾਬਾਦ ਸੈਂਟਰਲ ਯੂਨੀਵਰਸਿਟੀ ਵਿੱਚ ਐਮ ਫਿਲ ਦੇ ਵਿਦਿਆਰਥੀ ਨੇ ਤੋ ਉਹਨਾਂ ਨਾਲ ਅਸੀਂ ਕਾਫੀ ਅਰਸਾ ਪਹਿਲੇ ਵੀ ਗੱਲਬਾਤ ਕੀਤੀ ਸੀ ਖਾਸ ਤੌਰ ਤੇ ਰੋਹਿਤ ਵਮੂਲਾ ਹੋਰਾਂ ਦਾ ਜਿਹੜਾ ਇੰਸਟੀਟਿਊਸ਼ਨਲ ਮਰਡਰ ਹੋਇਆ ਸੀਗਾ ਜਿਹਨੂੰ ਕਿ ਖੁਦਕੁਸ਼ੀ ਵੀ ਕਿਹਾ ਜਾਂਦਾ ਪਰ ਉਹ ਤੁਸੀਂ ਕਾਫੀ ਪ੍ਰੋਗਰਾਮਾਂ ਚ ਸੁਣ ਚੁੱਕੇ ਹੋ ਕਿ ਕਿਸ ਤਰ੍ਹਾਂ ਉਸ ਰਿਸਰਚ ਸਕਾਲਰ ਨੂੰ ਇਸ ਹੱਦ ਤੱਕ ਮਜਬੂਰ ਕੀਤਾ ਗਿਆ ਕਿ ਉਹਨੂੰ ਆਤਮ ਹੱਤਿਆ ਕਰਨੀ ਪਈ ਤੋ ਉਹ ਸਾਰੇ ਸਿਲਸਿਲੇ ਚ ਅਮੋਲ ਸਿੰਘ ਹੋਰਾਂ ਨੇ ਸਾਡੇ ਇਸ ਰੇਡੀਓ ਇਨਕਲਾਬ ਦੇ ਇੱਕ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਸੀਗੀ ਸਾਰੇ ਉਸ ਸਮੇਂ ਦੇ ਹਾਲਾਤ ਬਿਆਨ ਕਰਨ ਲਈ ਤੋ ਉਸ ਵਕਤ ਜਿਹੜਾ ਵੀ ਸੀ ਸੀ ਅੱਪਾ ਰਾਓ ਉਹਨੂੰ ਸਸਪੈਂਡ ਕਰ ਦਿੱਤਾ ਗਿਆ ਸੀਗਾ ਮੈਨੂੰ ਲੱਗਦਾ ਇੱਕ ਤਰ੍ਹਾਂ ਦਾ ਸਸਪੈਂਡ ਹੀ ਕੀਤਾ ਸੀਗਾ ਜਾਂ ਲੌਂਗ ਲੀਵ ਤੇ ਭੇਜ ਦਿੱਤਾ ਗਿਆ ਸੀ ਤੋ ਉਹ ਪਿਛਲੇ ਜਿਹੜੀ ਉਹ ਬਿਨਾਂ ਕਿਸੇ ਨੋਟਿਸ ਤੋਂ ਬਿਨਾਂ ਕਿਸੇ ਨੂੰ ਇਨਫੋਰਮ ਕੀਤਿਆਂ ਐਡਮਿਨਿਸਟ੍ਰੇਸ਼ਨ ਨੂੰ ਜਾਂ ਜਿਹੜਾ ਉਹਨਾਂ ਦੀ ਜਗ੍ਹਾ ਤੇ ਹੋਰ ਵੀ ਸੀ ਨਿਯੁਕਤ ਕੀਤਾ ਗਿਆ ਸੀ ਉਹਨਾਂ ਨੂੰ ਬਿਨਾਂ ਦੱਸਿਆ ਵਾਪਸ ਕੈਂਪਸ ਤੇ ਆ ਗਏ ਤੋ ਉਹ ਸਾਰੇ ਸਿਲਸਿਲੇ ਵਿੱਚ ਕਾਫੀ ਸਾਰੇ ਵਿਦਿਆਰਥੀ ਸ਼ਾਂਤਮਈ ਮੁਜ਼ਾਹਰਾ ਕਰ ਰਹੇ ਸਨ ਕਿ ਇਹ ਅੱਪਾ ਰਾਓ ਵਾਪਸ ਨਹੀਂ ਆ ਸਕਦਾ ਜਦ ਤੱਕ ਇਨਵੈਸਟੀਗੇਸ਼ਨ ਕੰਪਲੀਟ ਨਹੀਂ ਹੁੰਦੀ ਤੋ ਉਹ ਸਟੂਡੈਂਟਸ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਦੀ ਕਾਫੀ ਕੁੱਟਮਾਰ ਹੋਈ 24 ਘੰਟੇ ਤੋਂ ਵੱਧ ਸਮੇਂ ਤੱਕ ਉਹਨਾਂ ਨੂੰ ਕਿਸੇ ਅਨਡਿਸਕਲੋਜ਼ਡ ਲੋਕੇਸ਼ਨ ਤੇ ਰੱਖਿਆ ਗਿਆ ਹਾਲਾਂਕਿ ਵਿਦਇਨ 24 ਆਵਰਸ ਮੈਜਿਸਟ੍ਰੇਟ ਕੋਲ ਪੇਸ਼ ਕਰਨਾ ਹੁੰਦਾ ਹੈ ਤੋ ਅਮੋਲ ਸਿੰਘ ਵੀ ਉਹਨਾਂ ਵਿਦਿਆਰਥੀਆਂ ਵਿੱਚ ਸ਼ਾਮਲ ਸਨ ਜਿਹੜੇ ਗ੍ਰਿਫਤਾਰ ਰਹੇ ਹੁਣ ਇਸ ਵਕਤ ਸਾਰੇ ਵਿਦਿਆਰਥੀ ਔਰ ਨਾਲ ਦੋ ਸਟਾਫ ਮੈਂਬਰ ਬੇਲ ਤੇ ਰਿਹਾ ਕੀਤੇ ਗਏ ਨੇ ਤੋ ਬਾਹਰ ਆਉਣ ਤੋਂ ਬਾਅਦ ਉਹਨਾਂ ਦਾ ਸੰਘਰਸ਼ ਹਾਲੇ ਵੀ ਪੀਸਫੁਲ ਤਰੀਕੇ ਨਾਲ ਜਾਰੀ ਹੈ ਸੰਘਰਸ਼ ਉਹਨਾਂ ਦਾ ਤੋ ਇੱਕ ਛੋਟੀ ਜਿਹੀ ਸਪੀਚ ਹੈ ਅਮੋਲ ਸਿੰਘ ਹੋਰਾਂ ਦੀ ਰਿਹਾ ਹੋਣ ਤੋਂ ਬਾਅਦ ਦੀ ਤੋ ਉਹ ਅਸੀਂ ਤੁਹਾਡੇ ਲਈ ਜਲਦ ਪਲੇ ਕਰਨ ਜਾ ਰਹੇ ਹਾਂ ਹਾਂਜੀ ਅਨੂ ਜੀ ਇੱਥੇ ਖਾਸ ਗੱਲ ਨੋਟ ਕਰਨ ਵਾਲੀ ਹੈ ਕਿ ਅਮੋਲ ਸਿੰਘ ਬਹੁਤ ਸਿੱਧੇ ਤੌਰ ਦੇ ਉੱਪਰ ਜਿਹੜਾ ਹਿੰਦੁਸਤਾਨ ਦੇ ਜਿਹੜਾ ਵਿਪਰਵਾਦ ਦਾ ਸਦੀਆਂ ਤੋਂ ਚੱਲ ਰਿਹਾ ਉਹਨੂੰ ਸਿੱਧੇ ਤੌਰ ਤੇ ਉਹ ਬੜੀ ਬਹਾਦਰੀ ਦੇ ਨਾਲ ਚੈਲੰਜ ਕਰਦਾ ਬਿਲਕੁਲ ਆਪਣਾ ਵੈਸੇ ਵੀ ਪੰਜਾਬੀ ਮੁੰਡਾ ਹਾਂਜੀ ਇੱਥੇ ਅੰਗਰੇਜ਼ੀ ਚ ਗੱਲਬਾਤ ਕਰ ਰਹੇ ਨੇ ਪਰ ਅਸੀਂ ਬਾਅਦ ਵਿੱਚ ਅਨੁਵਾਦ ਕਰ ਦਾਂਗੇ ਅਗਰ ਕੁਝ ਸਰੋਤਿਆਂ ਨੂੰ ਸ਼ਾਇਦ ਦਿੱਕਤ ਹੋਵੇ ਭਾਸ਼ਾ ਦੀ ਤੋ ਸੁਣਦੇ ਹਾਂ ਅਮੋਲ ਸਿੰਘ ਕੀ ਕਹਿ ਰਹੇ ਨੇ First, I want to red salute the struggles going on all over the continent. Struggles against Brahminical Hindu fascist state and casteism. Struggles of Adivasis in central India. Gender struggles. Struggles of workers going on various parts of India. Struggle for Nagalim and all struggles of self-determination of various nationalities, including the struggle for self-determination of Kashmir. ਸੋ ਦੋਸਤੋ ਬੇਸਿਕਲੀ ਅਮੋਲ ਸਿੰਘ ਕਹਿ ਰਹੇ ਨੇ ਕਿ ਜਿਹੜਾ
ਜਿਹੜਾ ਹਿੰਦੁਸਤਾਨ ਦੇ ਵਿੱਚ ਜਾਤੀਵਾਦ ਦੇ ਖਿਲਾਫ ਵਿਪਰਵਾਦ ਦੇ ਖਿਲਾਫ ਜਿਹੜੇ ਆਦਿਵਾਸੀ ਉਹਨਾਂ ਦੇ ਹੱਕ ਦੇ ਵਿੱਚ ਜਿਹੜਾ ਨਾਗਾਲੈਂਡ ਦਾ ਸੰਘਰਸ਼ ਹੈ ਕਸ਼ਮੀਰ ਦਾ ਸੰਘਰਸ਼ ਹੈ ਉਹਦੀ ਉਹਨਾਂ ਦੀ ਲਾਲ ਸਲਾਮ ਰੈਡ ਸਲੂਟ ਕਰ ਰਿਹਾ ਉਹਨਾਂ ਨੂੰ ਔਰ ਹੁਣ ਉਹ ਅਗਲੇ ਮੈਂ ਖਿਲਾਫ ਆਪਣੀ ਜਿਹੜੀ ਉੱਥੇ ਵਾਲਾ ਲੋਕਲ ਸੰਘਰਸ਼ ਉਹਦੀ ਗੱਲ ਕਰਨ ਜਾ ਰਿਹਾ India has many nationalities and we support the demand of self-determination of every nationality. And ਜਿਹੜੀ ਗੱਲ ਬਾਰ ਬਾਰ ਅਸੀਂ ਪਹਿਲਾਂ ਵੀ ਇਸ ਪ੍ਰੋਗਰਾਮ ਤੋਂ ਕਰਦੇ ਆਉਂਦੇ ਹਾਂ ਜੀ ਕਿ ਹਿੰਦੁਸਤਾਨ ਇੱਕ ਕਿਸੇ ਇੱਕ ਫਿਲੋਸਫੀ ਦਾ ਧਾਰਨੀ ਨਹੀਂ ਹੈਗਾ ਹਿੰਦੁਸਤਾਨ ਵੱਖਰੀਆਂ ਵੱਖਰੀਆਂ ਫਿਲੋਸਫੀ ਦਾ ਵੱਖਰੇ ਵੱਖਰੇ ਧਰਮਾਂ ਦਾ ਵੱਖਰੇ ਵੱਖਰੇ ਉਹਨਾਂ ਦੇ ਕਲਚਰ ਦਾ ਧਾਰਨੀ ਹੈ ਸੋ ਉਹਨੂੰ ਇੱਕ ਤੁਸੀਂ ਡੋਰ ਦੇ ਵਿੱਚ ਕਦੇ ਵੀ ਨਹੀਂ ਬੰਨ ਸਕਦੇ ਹੈਗੇ ਔਰ ਉਹ ਅਮੋਲ ਸਿੰਘ ਕਹਿ ਰਿਹਾ ਕਿ ਜਿਹੜੀ ਸੈਲਫ ਡਿਟਰਮੀਨੇਸ਼ਨ ਆ ਜਿਹਨੂੰ ਅਸੀਂ ਖੁਦ ਮੁਖਤਿਆਰੀ ਕਹਿੰਦੇ ਹਾਂ ਉਹ ਹਰ ਇੱਕ ਨੂੰ ਹਰ ਇੱਕ ਕਲਚਰ ਨੂੰ ਹਰ ਇੱਕ ਪ੍ਰਾਂਤ ਨੂੰ ਉਹ ਹੱਕ ਹੈ ਕਿ ਉਹਦੀ ਗੱਲਬਾਤ ਕਰੇ ਖੁਦ ਮੁਖਤਿਆਰੀ ਦੀ ਗੱਲਬਾਤ ਕਰੇ is a nationalist, if Mohan Bhagwat is a nationalist, if Dattatreya is a nationalist, if Appa Rao is a nationalist, then yes, we are anti-nationalist. ਸੋ ਦੋਸਤੋ ਕਹਿ ਰਹੇ ਜਿਹੜੇ ਚਾਰ ਲੀਡਰਾਂ ਦੇ ਨਾਂ ਲਏ ਆ ਅੱਪਾ ਰਾਓ ਜਿਹੜਾ ਯੂਨੀਵਰਸਿਟੀ ਦਾ ਵੀ ਸੀ ਹੈ ਮੋਹਨ ਭਾਗਵਤ ਤੇ ਦੂਸਰਾ ਜਿਹੜਾ ਬੀਜੇਪੀ ਦਾ ਅਮਿਤ ਸ਼ਾਹ ਉਹ ਗਏ ਪੀ ਜੇ ਬੰਡਾਰੂ ਦੱਤਾਤਰੇ ਲੋਕਲ ਐਮ ਪੀ ਨੇ ਹੈਦਰਾਬਾਦ ਤੇਲੰਗਾਨਾ ਦੇ ਸੋ ਉਹ ਕਹਿ ਰਹੇ ਪੀ ਜੇ ਇਹ ਨੈਸ਼ਨਲਿਸਟ ਨੇ Second thing I want to talk about vandalism and violence. When state institutions do casteist and minority violence, that is called maintaining law and order. When people fight for their rights, it's called violence. If you remember Roy's 18th December letter, he asked VC to give cyanide and rope when Dalits get admission in this prestigious institution. And that's what VC did. ਤੋ ਇਹ ਕਹਿ ਰਹੇ ਨੇ ਕਿ ਜਿਹੜਾ ਕੋਈ ਵੀ ਜਿਹੜਾ ਬ੍ਰਾਹਮਣਿਜ਼ਮ ਹੈ ਉਹਦੇ ਖਿਲਾਫ ਜਿਹੜਾ ਵੀ ਕੋਈ ਲੜੂਗਾ ਉਹਨੂੰ ਐਂਟੀ ਨੈਸ਼ਨਲ ਕਿਹਾ ਜਾਊਗਾ ਦੇਸ਼ ਧਰੋਹ ਦੇ ਕੇਸ ਉਹਦੇ ਤੇ ਪੈਣਗੇ ਤੋ ਅਗਲੀ ਜਿਹੜੀ ਉਹਨਾਂ ਨੇ ਗੱਲਬਾਤ ਕੀਤੀ ਹੈ ਕਿ ਰੋਹਿਤ ਵਮੂਲਾ ਖਾਸ ਕਰਕੇ ਉਹ ਉਹਨੇ ਕਾਫੀ ਸਾਰੀਆਂ ਰੋਹਿਤ ਨੇ ਉਹਦੀ ਕੋਰਸਪੋਂਡੈਂਸ ਬਹੁਤ ਸੀਗੀ ਜਿਹੜੀ ਮੋਸਟਲੀ ਇੰਟਰਨੈਟ ਤੇ ਵੀ ਪਈ ਹੈ ਇਸ ਵਕਤ ਐਡਮਿਨਿਸਟ੍ਰੇਸ਼ਨ ਨਾਲ ਉਸ ਤੋਂ ਉੱਪਰਲੇ ਲੈਵਲ ਦੇ ਨਾਲ ਤੋ ਅਖੀਰ ਚ ਬਿਲਕੁਲ ਬੇਬਸ ਹੋ ਕੇ ਉਹਨੇ ਕਿਹਾ ਸੀਗਾ ਕਿ ਇਸ ਯੂਨੀਵਰਸਿਟੀ ਚ ਜਦੋਂ ਤੁਸੀਂ ਦਲਿਤ ਵਿਦਿਆਰਥੀਆਂ ਨੂੰ ਦਾਖਲ ਕਰਦੇ ਹੋ ਨਾਲ ਉਹਨਾਂ ਨੂੰ ਥੋੜਾ ਜਿਹਾ ਸਾਇਨਾਈਡ ਦੇ ਦਿਆ ਕਰੋ ਤੇ ਇੱਕ ਫਾਹਾ ਲੈਣ ਵਾਸਤੇ ਰੱਸੀ ਵੀ ਦੇ ਦਿਆ ਕਰੋ ਮਜਬੂਰ ਕੀਤਾ ਗਿਆ ਜਿਵੇਂ ਕਿਸਾਨਾਂ ਮਜ਼ਦੂਰਾਂ ਦੀ ਗੱਲ ਹੈ ਉਹਨਾਂ ਨੂੰ ਕਰਜ਼ਾ ਦੇ ਕੇ ਇਸ ਹੱਦ ਤੱਕ ਮਜਬੂਰ ਕੀਤਾ ਜਾਂਦਾ ਕਿ ਉਹ ਖੁਦਕੁਸ਼ੀ ਕਰਦੇ ਔਰ ਨਾਲ ਜਿਹੜੀ ਉਹ ਦੂਸਰੀ ਗੱਲ ਕਰ ਰਹੇ ਨੇ ਵਾਇਲੈਂਸ ਦੀ ਕਿ ਜਦੋਂ ਸਟੇਟ ਦੀ ਜਿਹੜੀ ਮਸ਼ੀਨਰੀ ਹੈ ਉਹ ਲਾ ਔਰ ਸ਼ਾਂਤੀ ਬਰਕਰਾਰ ਰੱਖਣ ਦੇ ਨਾਂ ਤੇ ਜਦੋਂ ਤਸ਼ੱਦਦ ਕਰਦੀ ਹੈ ਜਿਸ ਤਰ੍ਹਾਂ ਕਿ ਅਸੀਂ ਸੈਂਟਰਲ ਚ ਦੇਖਦੇ ਹਾਂ ਕਸ਼ਮੀਰ ਚ ਈਵਨ ਆਪਣੇ ਪੰਜਾਬ ਚ ਦੇਖਿਆ ਅਸੀਂ 80s ਦੇ ਵਿੱਚ ਉਹਨੂੰ ਉਹ ਕਹਿੰਦੇ ਆ ਉਸ ਵਾਇਲੈਂਸ ਨੂੰ ਕਿਹਾ ਜਾਂਦਾ ਕਿ ਕਾਨੂੰਨ ਜਾਂ ਸ਼ਾਂਤੀ ਬਰਕਰਾਰ ਰੱਖਣੀ ਹੈ ਲਾ ਐਂਡ ਆਰਡਰ ਮੇਨਟੇਨ ਕਰਨਾ ਪਰ ਜਦੋਂ ਜਿਹੜਾ ਜਨ ਸਧਾਰਨ ਹੈ ਜਿਹੜੇ ਆਮ ਨਾਗਰਿਕ ਨੇ ਉਹ ਆਪਣੇ ਹੱਕ ਮੰਗਣ ਲਈ ਜਦੋਂ ਕੋਈ ਆਵਾਜ਼ ਉਠਾਉਂਦੇ ਨੇ ਉਹਨੂੰ ਫਿਰ ਉਹ ਅਹਿੰਸਾ ਕਹਿ ਦਿੱਤਾ ਜਾਂਦਾ ਉਹਨੂੰ ਵਾਇਲੈਂਸ ਕਹਿ ਦਿੱਤਾ ਜਾਂਦਾ ਬਿਲਕੁਲ cases against him. He is a murderer and this lodge is not his honeymoon suite that he can come and go whenever he wants. So, dosto, basically, Appa Rao, jade VC ne ਉਹ ਪਬਲਿਕਲੀ ਅਮੋਲ ਸਿੰਘ ਵੈਸੇ ਜੀ ਅਮੋਲ ਸਿੰਘ ਇਹਨਾਂ ਦਾ ਛੋਟਾ ਨਾਂ ਅਸਲੀ ਨਾਂ ਅਵਤਾਰ ਸਿੰਘ ਅਵਤਾਰ ਸਿੰਘ ਕਹਿ ਰਹੇ ਨੇ ਕਿ ਉਹ ਜਿਹੜਾ ਵੀ ਸੀ ਆ ਬਿਲਕੁਲ ਉਹ ਮਰਡਰ ਵਾ ਕਾਤਲ ਉਹਨਾਂ ਤੇ ਕੇਸ ਪਿਆ ਵੀ ਹੋਇਆ ਉਹ SC ST ਬੜਾ ਹਾਂਜੀ ਹਾਂਜੀ ਬਿਲਕੁਲ ਅਨੂ ਜੀ ਜਿਹੜਾ ਜਿੰਨਾ ਵੀ ਜਦੋਂ ਵੀ ਕੋਈ ਮਜ਼ਦੂਰ ਜਾਂ ਕਿਸਾਨ ਖੁਦਕੁਸ਼ੀ ਕਰਦਾ
ਉਹ ਇਨਡਾਇਰੈਕਟਲੀ ਜਿਹੜੀ ਉਹਨੂੰ ਮਾਰਨ ਵਾਲੀ ਉਹ ਸਟੇਟ ਹੈ ਔਰ ਇਹ ਕਹਿਣ 'ਚ ਕੋਈ ਸਾਨੂੰ ਹਿਚਕਚਾਹਟ ਨਹੀਂ ਹੋਣੀ ਚਾਹੀਦੀ ਵੀ ਉਹਨਾਂ ਦੇ ਜਿਹੜੇ ਕਾਤਲ ਨੇ ਉਹ ਸਟੇਟ ਆ ਜਿਹੜੀ ਇਨਡਾਇਰੈਕਟਲੀ ਉਹਨਾਂ ਦੇ ਕਾਤਲ ਨੇ ਸੋ ਸਟੇਟ ਜਿਹੜੀ ਆ ਉਹਨਾਂ ਦੇ ਹੱਥ ਦੇ ਵਿੱਚ ਲਹੂ ਹੈ ਉਹਨਾਂ ਲੋਕਾਂ ਦੇ ਆਮ ਲੋਕਾਂ ਦੇ ਮਿਹਨਤਕਸ਼ ਲੋਕਾਂ ਦੇ ਕਾਤਲ ਨੇ ਜੀ whose place should be in jail and people come on street, that's not called vandalism, it's called political action, it's called fight against communism. At last, I want to say, this struggle should not be confined to the walls of universities. If we have to fight against this fascist state, we have to link this struggle with outer struggles. Jai Bhim, Lal Salaam. Jai Bhim, Lal Salaam. So, this is what people ਆਪਣੇ ਹੱਕਾਂ ਲਈ ਆਵਾਜ਼ ਉਠਾਉਂਦੇ ਨੇ ਲੜਦੇ ਨੇ ਉਹ ਸਿਰਫ ਔਰ ਸਿਰਫ ਅਹਿੰਸਾ ਨਹੀਂ ਫੈਲਾ ਰਹੇ ਉਹ ਉਹਨੂੰ ਇੱਕ ਪੋਲੀਟੀਕਲ ਐਕਸ਼ਨ ਮੰਨਿਆ ਜਾਣਾ ਚਾਹੀਦਾ ਬਿਲਕੁਲ ਔਰ ਨਾਲ ਉਹ ਇਹ ਵੀ ਕਹਿ ਰਹੇ ਨੇ ਕਿ ਇਹ ਜਿਹੜੀ ਲੜਾਈ ਹੈ ਜਿਹੜਾ ਸੰਘਰਸ਼ ਹੈ ਸਿਰਫ ਯੂਨੀਵਰਸਿਟੀਆਂ ਦੇ ਕੈਂਪਸ ਤੱਕ ਸੀਮਤ ਨਹੀਂ ਰਹਿ ਜਾਣਾ ਚਾਹੀਦਾ ਇਹ ਜਿੰਨੇ ਵੀ ਸੰਘਰਸ਼ੀਲ ਲੋਕ ਨੇ ਸਾਰਿਆਂ ਨੂੰ ਕਨੈਕਟ ਹੋਣਾ ਪਏਗਾ ਆਪਸ ਵਿੱਚ ਤਾਂ ਕਿ ਇਹ ਲੜਾਈ ਹੋਰ ਮਜ਼ਬੂਤ ਹੋ ਸਕੇ ਔਰ ਇੱਕ ਵੱਡੇ ਤਰੀਕੇ ਨਾਲ ਲੜੀ ਜਾ ਸਕੇ ਬਿਲਕੁਲ 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 ਔਰ ਜਿਹੜਾ ਉਹਨਾਂ ਦਾ ਨਾਰਾ ਉਹ ਖਾਸ ਕਰਕੇ ਉਹ ਰੋਹਿਤ ਵਮੂਲਾ ਦੇ ਹੱਤਿਆ ਤੋਂ ਬਾਅਦ ਹੀ ਸ਼ੁਰੂ ਹੋਇਆ ਹੈ ਜੈ ਭੀਮ ਲਾਲ ਸਲਾਮ ਬਿਲਕੁਲ 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 ਹਾਂਜੀ ਉਸ ਤੋਂ ਪਹਿਲੇ ਮੈਂ ਥੋੜਾ ਪਿੱਛੇ ਜਾਣਾ ਚਾਹੁੰਦੀ ਹਾਂ ਅਸੀਂ ਇੱਕ ਡਾਕੂਮੈਂਟਰੀ ਦੇਖੀ ਸੀ ਜਿਹੜੀ ਆਨੰਦ ਪਟਵਰਧਨ ਦੀ ਹੋਈ ਸੀਗੀ ਉਹਦੇ ਜੈ ਭੀਮ ਕਾਮਰੇਡ ਉਹਦਾ ਨਾਮ ਸੀਗਾ ਉਹ ਉਹਨਾਂ ਨੇ ਵੀ ਉਸ ਵਕਤ ਸ਼ੁਰੂ ਕੀਤੀ ਸੀ ਗੱਲਬਾਤ ਬਿਲਕੁਲ ਬਿਲਕੁਲ ਅਨੂ ਜੀ ਅਸੀਂ ਕਾਮਰੇਡ ਮੋਰੇ ਬਾਰੇ ਵੀ ਗੱਲਬਾਤ ਕਰ ਚੁੱਕੇ ਹਾਂ ਸੋ ਜਿਹੜੀ ਇਹ ਕੋਲੈਬੋਰੇਸ਼ਨ ਆ ਇਹ ਪੁਰਾਣੀ ਹੈ ਹਾਂ ਪੁਰਾਣੀ ਹੈ ਕੋਈ ਨਵੀਂ ਨਹੀਂ ਹੈ ਸੋ ਦੋਸਤੋ ਗਾਂ ਦਾ ਟੌਪਿਕ ਕਿਉਂਕਿ ਕਈ ਵਾਰੀ ਸਾਡੇ 'ਤੇ ਅਨਫੇਅਰਲੀ ਫੇਅਰਲੀ ਜੋ ਵੀ ਤੁਸੀਂ ਕਹਿਣਾ ਚਾਹੁੰਦੇ ਹੋ ਕਦੇ ਕਦੇ ਇਹ ਵੀ ਹੁੰਦਾ ਸਾਡੇ ਨਾਲ ਇਤਰਾਜ਼ ਹੁੰਦਾ ਕਿ ਤੁਸੀਂ ਸਲਿਊਸ਼ਨ ਦੀ ਗੱਲ ਨਹੀਂ ਕਰਦੇ ਜਦਕਿ ਅਸੀਂ ਕਾਫੀ ਕੋਸ਼ਿਸ਼ ਕਰੀਏ ਵੀ ਸਾਰੀਆਂ ਮਸਲੇ ਦੀ ਸਲਿਊਸ਼ਨ ਦੀ ਗੱਲਬਾਤ ਕੀਤੀ ਜਾਵੇ ਕਿਉਂਕਿ ਪ੍ਰੋਬਲਮ ਦਾ ਪਤਾ ਹੋਣਾ ਜਿਹੜੀ ਕੋਰ ਪ੍ਰੋਬਲਮ ਆ ਉਹਦਾ ਪਤਾ ਹੋਣਾ ਅਤੇ ਉਹਦੇ ਜਦੋਂ ਤੱਕ ਉਹ ਜਿਹੜੀ ਸਮੱਸਿਆ ਉਹ ਦੂਰ ਨਹੀਂ ਹੁੰਦੀ ਅਤੇ ਉਦੋਂ ਤੱਕ ਸਲਿਊਸ਼ਨ ਓਬਵੀਅਸਲੀ ਕੋਮਨ ਸੈਂਸ ਕੀ ਨਹੀਂ ਆ ਸਕਦੇ ਸੋ ਜਿਹੜੀ ਅਨੁਜ ਜਿਹੜੀ ਡਾਕੂਮੈਂਟਰੀ ਦਿਖਾਈ ਗਈ ਸੀਗੀ ਆਪਣੇ ਪ੍ਰੋਗਰਾਮ ਦੇ ਵਿੱਚ ਉਹਦੇ ਵਿੱਚ ਜਿਹੜਾ ਸਭ ਤੋਂ ਵੱਡਾ ਮਸਲਾ ਜਿਹੜਾ ਸਾਹਮਣੇ ਆਇਆ ਖੁੱਲ੍ਹ ਕੇ ਉਹ ਇਹ ਸੀਗਾ ਕਿ ਡੈਟ ਕਰਜ਼ਾ ਹਾਂਜੀ ਸੋ ਦੋਸਤੋ ਜੇ ਹੁਣ ਆਪਾਂ ਗੱਲ ਕਰੀਏ ਕਰਜ਼ੇ ਦੀ ਤੇ ਕਰਜ਼ਾ ਤੇ ਜਿੰਨੇ ਵੀ ਮੇਰੇ ਖਿਆਲ ਸਰੋਤੇ ਸੁਣਨੇ ਵਾਲੇ ਕਰਜ਼ਾ ਤੇ ਮਿੱਤਰੋ ਤੁਹਾਡੇ ਤੇ ਵੀ ਹੈ ਖਾਸ ਕਰਕੇ ਅਗਰ ਮੋਰਗੇਜ ਦਾ ਕਰਜ਼ਾ ਔਰ ਇਸ ਮੁਲਕ ਦੇ ਵਿੱਚ ਜਿਹੜਾ ਡੇਅਰੀ ਦਾ ਕ੍ਰਾਈਸਿਸ ਹੁਣ ਆਉਣੇ ਵਾਲਾ ਆ ਆਲਰੇਡੀ ਜਿਹੜੀ ਕਿਸਾਨਾਂ ਦੀਆਂ ਇਸ ਮੁਲਕ ਦੇ ਵਿੱਚ ਖੁਦਕੁਸ਼ੀਆਂ ਹੋ ਰਹੀਆਂ ਨੇ ਔਰ ਜਿਹੜੀਆਂ ਵਧਣੀ ਜਾ ਰਹੀਆਂ ਨੇ ਔਰ ਕਿਸ ਤਰੀਕੇ ਦੇ ਨਾਲ ਜਿਹੜੀਆਂ ਬੈਂਕਾਂ ਨੇ ਉਹਨਾਂ ਦੀਆਂ ਜ਼ਮੀਨਾਂ ਆਪਣੇ ਕਬਜ਼ੇ ਦੇ ਵਿੱਚ ਲੈਣਗੀਆਂ ਉਹਨਾਂ ਦੀਆਂ ਜਿਹੜੀਆਂ ਫਾਰਮਿੰਗ ਇਕੁਇਪਮੈਂਟ ਆ ਉਹਨਾਂ ਨੂੰ ਆਪਣੇ ਕਬਜ਼ੇ ਦੇ ਵਿੱਚ ਲੈਣਗੀਆਂ ਪਹਿਲਾਂ ਉਹਨਾਂ ਨੂੰ ਕਰਜ਼ਾ ਇਨਕਰਜ ਕੀਤਾ ਗਿਆ ਵੀ ਤੁਸੀਂ ਕਰਜ਼ਾ ਹੋਰ ਲਓ ਤੁਸੀਂ ਹੋਰ ਲਓ ਔਰ ਜਦੋਂ ਫਿਰ ਉਹ ਵਾਪਸ ਨਹੀਂ ਕਰ ਸਕਦੇ ਹੈਗੇ ਤੇ ਫਿਰ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਜਿਹੜੀ ਉਹਨਾਂ ਦੀ ਸੰਪਤੀ ਹੈ ਉਹਨਾਂ ਨੂੰ ਬੈਂਕਾਂ ਆਪਣੇ ਕਬਜ਼ੇ ਦੇ ਵਿੱਚ ਲੈਂਦੀਆਂ ਸੋ ਦੋਸਤੋ ਬਹੁਤ ਇੱਕ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਇਹ ਹੈ ਕੀ ਹੈ ਕਰਜ਼ਾ ਜਿਹੜਾ ਪੈਸਾ ਤੁਹਾਨੂੰ ਕਰਜ਼ੇ ਦੇ ਕਰਜ਼ਾ ਦਿੱਤਾ ਜਾਂਦਾ ਆ ਬੈਂਕਾਂ ਦੇ ਥਰੂ ਜਾਂ ਪੰਜਾਬ ਦੇ ਵਿੱਚ ਜਿਹੜੇ ਇੰਡੀਵਿਜੁਅਲ ਨੇ ਉਹ ਤੁਹਾਨੂੰ ਉਹ ਕਰਜ਼ਾ ਦਿੰਦੇ ਨੇ ਜਿਹੜੇ ਆੜ੍ਹਤੀ ਨੇ ਉਹ ਕਰਜ਼ਾ ਦਿੰਦੇ ਉਹ ਵੀ ਬੈਂਕਾਂ ਦੇ ਕੋਲੋਂ ਹੀ ਲੈ ਕੇ ਦਿੰਦੇ ਆ ਉਹ ਜਿਹੜਾ ਪਹਿਲੇ ਵਾਲਾ ਸਿਸਟਮ ਸੀਗਾ ਕਿਉਂਕਿ ਉਹ ਪਿੰਡ ਦਾ ਸ਼ਾਹ ਆ ਉਹ ਬਹੁਤ ਅਮੀਰ ਹੈ ਉਹਦੇ ਕੋਲ ਜ਼ਮੀਨ ਹੈ ਉਹਦੇ ਕੋਲ ਸੋਨਾ ਆ ਉਹ ਤੁਹਾਨੂੰ ਕਰਜ਼ਾ ਦਿੰਦਾ ਹੈ ਪਰ ਜੇ ਤੁਸੀਂ ਕਰਜ਼ਾ ਉਹਦਾ ਨਾਂ ਵੀ ਵਾਪਸ ਕਰੋ ਉਹ ਉਹਦੇ ਕੋਲ ਆਪਣੀ ਕੋਈ ਸੰਪਤੀ ਹੈਗੀ ਹੈ ਉਹਨੂੰ ਸਾਰੇ ਨੂੰ ਬੈਕਅਪ ਕਰਨ ਵਾਸਤੇ ਸੋ ਦੋਸਤੋ ਜਿਹੜੇ ਅੱਜ ਦੇ ਹਾਲਾਤ ਨੇ ਮੈਂ ਆਪਾਂ ਉਦਣ ਵੀ ਗੱਲ ਕੀਤੀ ਸੀਗੀ ਕਿ ਦੁਨੀਆਂ ਦੇ ਵਿੱਚ ਮੈਂ ਮੇਰਾ ਆਪਣਾ ਪਰਸਨਲ ਵਿਊ ਹੈ ਇਹ ਕਿ ਦੁਨੀਆਂ ਦੇ ਵਿੱਚ ਕੋਈ ਸਭ ਤੋਂ ਜੇ ਕੋਈ ਵੱਡਾ ਸਕੈਂਡਲ ਹੁਣ ਤੱਕ ਦੀ ਹਿਊਮੈਨਿਟੀ ਦੇ ਵਿੱਚ ਉਹ ਇਹ ਹੈ ਕਿ ਜਿਹੜਾ ਪੈਸਾ ਆ ਜਿਹੜਾ ਸਰਕੂਲੇਸ਼ਨ ਦੇ ਵਿੱਚ ਜਿਹੜਾ ਪੈਸਾ ਆ ਉਹ ਕਿਵੇਂ ਕ੍ਰੀਏਟ ਕੀਤਾ ਜਾਂਦਾ ਹੈ ਕਿਉਂਕਿ ਆਪਣੇ ਵੀ ਵੈਸੇ ਜਿਹੜੇ ਖਾਸ ਕਰਕੇ ਜਿਹੜੇ ਆਪਣੇ ਪ੍ਰੋਗਰੈਸਿਵ ਲੋਕ ਨੇ ਜਾਂ ਜਿਹੜੇ ਕਾਮਰੇਡ ਵੀ ਅਸੀਂ ਉਹਨਾਂ ਨੂੰ ਕਹਿਣਾ ਪਸੰਦ ਕਰਦੇ ਹਾਂ ਆਪਣੀ ਆਪਣੀ ਡੈਫੀਨੇਸ਼ਨ ਹੈ ਉਹਨਾਂ ਦੇ ਵਿੱਚ ਵੀ ਹਜੇ ਤੱਕ ਕਿਉਂਕਿ ਹਜੇ ਤੱਕ ਅਸੀਂ ਇਹੀ ਗੱਲ ਕਰਦੇ ਹਾਂ ਕਿ ਜਿਹੜੀ ਐਕਸਪਲੋਇਟੇਸ਼ਨ ਹੋ ਰਹੀ ਹੈ ਜਿਹੜਾ ਸਟਰਗਲਿੰਗ ਜਿਹੜਾ ਵਰਗ ਵਾ ਇਹ ਗੱਲ ਸਹੀ ਹੈ ਕਿ 19ਵੀਂ ਸਦੀ
ਦੇ ਸ਼ੁਰੂਆਤੀ ਦੌਰ ਤੱਕ ਜਿਹੜੀ ਐਕਸਪਲੋਇਟੇਸ਼ਨ ਹੈ ਦੁਨੀਆ ਦੇ ਵਿੱਚ ਮਜ਼ਦੂਰ ਦੀ ਐਕਸਪਲੋਇਟ ਜਿਹੜੀ ਸਰਪਲਸ ਲੇਬਰ ਤੋਂ ਜਿਹੜੀ ਸਰਮਾਇਆ ਇਕੱਠਾ ਕੀਤਾ ਜਾਂਦਾ ਸੀਗਾ ਉਹ ਪਰ ਉਸ ਤੋਂ ਬਾਅਦ ਇੱਕ ਜਿਹੜਾ ਦੌਰ ਇਹੋ ਜਿਹਾ ਸ਼ੁਰੂ ਹੋਇਆ ਸਰਮਾਏਦਾਰਾਂ ਨੇ ਰਲ ਕੇ ਇਹ ਫੈਸਲਾ ਲਿਆ ਕਿ ਰਾਦਰ ਦੈਨ ਕਿਉਂਕਿ ਜਦੋਂ ਤੁਸੀਂ ਐਕਸਪਲੋਇਟੇਸ਼ਨ ਕਰਦੇ ਹਾਂ ਤਾਂ ਉਹਦੇ ਵਾਸਤੇ ਉਹਦੇ ਵਿੱਚ ਹਮੇਸ਼ਾ ਜਿਹੜੇ ਚਾਂਸਿਸ ਹੁੰਦੇ ਕਿ ਰੈਵੋਲਿਊਸ਼ਨਰੀ ਯੂਨੀਅਨ ਦੇ ਨਾਲ ਮਿਲ ਕੇ ਰੈਵੋਲਿਊਸ਼ਨਰੀ ਲੋਕਾਂ ਦਾ ਜਿਹੜਾ ਵਿਰੋਧ ਹੈ ਤੁਹਾਡੇ ਸਾਹਮਣੇ ਆ ਸਕਦਾ ਹੈ ਸੋ ਉਹਨਾਂ ਨੇ ਇਸ ਗੱਲ ਦਾ ਫੈਸਲਾ ਕੀਤਾ ਕਿ ਕਿਉਂ ਨਾ ਆਪਾਂ ਜਿਹੜਾ ਪੈਸਾ ਆ ਉਹਨੂੰ ਕੰਟਰੋਲ ਕਰੀਏ ਰਾਦਰ ਦੈਨ ਐਕਸਪਲੋਇਟ ਕਰਨ ਦੀ ਬਜਾਏ ਬਹੁਤ ਬਹੁਤ ਦੋਸਤੋ ਵੱਡਾ ਮਸਲਾ ਹੈ ਕਿ ਜਿਹੜਾ ਤੁਹਾਨੂੰ ਕਰਜ਼ਾ ਦਿੱਤਾ ਜਾਂਦਾ ਆ ਇੱਕ ਬਿਲਕੁਲ ਇੱਕ ਨਕਲੀ ਕਰਜ਼ਾ ਆ ਉਹ ਪੈਸਾ ਐਗਜ਼ਿਸਟ ਨਹੀਂ ਕਰਦਾ ਹੈਗਾ ਉਹਦੀ ਕੋਈ ਬੈਕਿੰਗ ਨਹੀਂ ਹੈ ਜਦੋਂ ਤੁਸੀਂ ਮੋਰਗੇਜ ਦੇ ਤੁਸੀਂ ਜਦੋਂ ਤੁਸੀਂ ਪੇਪਰ ਸਾਈਨ ਕਰਦੇ ਹੋ ਉਸ ਟਾਈਮ ਦੇ ਉੱਪਰ ਪੈਸਾ ਜਿਹੜਾ ਬਣਾਇਆ ਜਾਂਦਾ ਆ ਫਰੋਮ ਨਥਿੰਗ ਬੇਸਿਕਲੀ ਕਿਉਂਕਿ ਤੁਸੀਂ ਜੇ ਆਪ ਖੁਦ ਇਹ ਇਮੈਜਿਨ ਕਰੋ ਕਿ ਜਦੋਂ ਤੁਹਾਨੂੰ ਪੈਸਾ ਤੁਸੀਂ ਕਮਾਉਂਦੇ ਹੋ ਓਬਵੀਅਸਲੀ ਤੁਸੀਂ ਉਸਦੇ ਵਾਸਤੇ ਕੰਮ ਕਰਦੇ ਹੋ ਉਹਦੇ ਵਾਸਤੇ ਮਿਹਨਤ ਕਰਦੇ ਹੋ ਅਤੇ ਫਿਰ ਤੁਹਾਡੇ ਕੋਲ ਪੈਸਾ ਆਉਂਦਾ ਫਿਰ ਤੁਸੀਂ ਉਸਨੂੰ ਖਰਚਦੇ ਹੋ ਪਰ ਦੂਸਰੇ ਪਾਸੇ ਜਿਹੜੀਆਂ ਬੈਂਕਾਂ ਜਿਹੜੀਆਂ ਨੇ ਉਹ ਪੈਸਾ ਕਿਵੇਂ ਕ੍ਰੀਏਟ ਕਰਦੀਆਂ ਕਿ ਬਿਨਾਂ ਕੁਛ ਕੀਤਿਆਂ ਨਥਿੰਗ ਉਹ ਤੁਸੀਂ ਸੁੱਖ ਤੇ ਜਿਹੜਾ ਹੌਲੀ ਹੌਲੀ ਉਹ ਜਦੋਂ ਕਰਜ਼ਾ ਤੁਸੀਂ ਉਹ ਵਾਪਸ ਕਰਨਾ ਆ ਫਿਰ ਉਹ ਫਿਰ ਉਹਨਾਂ ਕੋਲ ਪੈਸਾ ਬਣਨਾ ਅਦਰਵਾਈਜ਼ ਹਾਂਜੀ ਉਹ ਜਦੋਂ ਤੁਹਾਨੂੰ ਪੈਸਾ ਦੇ ਰਹੀਆਂ ਨੇ ਉਹ ਪੈਸਾ ਐਕਚੁਅਲੀ ਐਗਜ਼ਿਸਟ ਨਹੀਂ ਕਰਦਾ ਹੈਗਾ ਜਿਹੜਾ 2008 ਵਾਲਾ ਆਪਾਂ ਹੁਣ ਡਿਟੇਲ ਦੇ ਵਿੱਚ ਨਹੀਂ ਜਾਵਾਂਗੇ ਆਪਾਂ ਹਿਸਟੋਰੀਕਲੀ ਇਹ ਸਾਰੇ ਮਸਲੇ ਨੂੰ ਡਿਸਕਸ ਕਰਾਂਗੇ ਕਿ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਦੁਨੀਆ ਦੇ ਵਿੱਚ ਜਿਹੜਾ ਲੋਕਾਂ ਦੇ ਉੱਪਰ ਕਰਜ਼ਾ ਜਿਹੜੀ ਗੁਲਾਮੀ ਹੈ ਇਹ ਮੋਨੀਟਰੀ ਸਿਸਟਮ ਦੀ ਉਹ ਬਿਲਕੁਲ ਅੱਜ ਵੀ ਜੇ ਉਹ ਕਰਜ਼ਾ ਮਾਫ਼ ਨਹੀਂ ਉਹ ਹੈ ਹੀ ਨਹੀਂ ਗਾ ਉਹ ਕਰਜ਼ਾ ਤੁਹਾਡੇ 'ਤੇ ਹੈ ਹੀ ਨਹੀਂ ਗਾ ਉਹ ਬਿਲਕੁਲ ਕਿਉਂਕਿ ਉਹਦੀ ਜਿਹੜਾ ਤੁਹਾਨੂੰ ਕਰਜ਼ਾ ਦਿੱਤਾ ਗਿਆ ਉਹਦੇ ਵਿੱਚ ਉਹਦੇ ਪਿੱਛੇ ਕੋਈ ਕਿਸੇ ਤਰੀਕੇ ਦੀ ਵੈਲਿਊ ਕੋਈ ਕਿਸੇ ਤਰੀਕੇ ਦਾ ਸੋਨਾ ਜਾਂ ਕੋਈ ਜ਼ਮੀਨ ਜਾਂ ਕੋਈ ਪ੍ਰੋਪਰਟੀ ਕੁਛ ਵੀ ਨਹੀਂ ਹੈਗਾ ਉਹਦੇ ਬਲਕਿ ਜਦੋਂ ਕਰਜ਼ਾ ਨਹੀਂ ਪੇ ਕਰ ਸਕਦਾ ਫੋਰ ਐਗਜ਼ਾਮਪਲ ਅਗਰ ਕਿਸਾਨ ਦੀ ਉਹ ਲੈਣੀ ਹੈ ਜਦੋਂ ਨਹੀਂ ਆਪਣੇ ਕਿਸ਼ਤਾਂ ਉਹ ਪੇ ਕਰ ਸਕਦਾ ਫਿਰ ਉਹ ਜਿਹੜੀਆਂ ਜ਼ਮੀਨਾਂ ਦੀਆਂ ਕੁਰਕੀਆਂ ਹੁੰਦੀਆਂ ਨੇ ਫਿਰ ਉਹ ਕਰਜ਼ਾ ਦੇਣ ਵਾਲੇ ਦਾ ਐਕਚੁਅਲ ਕੋਈ ਨਾ ਕੋਈ ਐਸੈਟ ਬਣਨਾ ਸ਼ੁਰੂ ਹੁੰਦਾ ਬਿਲਕੁਲ 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 ਜਿਹੜਾ ਜਿਹੜਾ ਆਪਾਂ ਜਿਹਨੂੰ ਜਿਹੜੀ ਜੇ ਦੁਨੀਆਂ ਦੀ ਆਪਾਂ ਗੱਲ ਕਰੀਏ ਕਿ ਜਿਹੜਾ ਯੂ ਐਸ ਡਾਲਰ ਆ ਉਹਨੂੰ ਜਿਹੜਾ ਦੁਨੀਆਂ ਦੀ ਮੇਜਰ ਕਰੰਸੀ ਹੈ ਜਿਹੜੀ ਫੈਡਰਲ ਰਿਜ਼ਰਵ ਬੈਂਕ ਆ ਜਿਹੜੀ ਇਹ ਡਾਲਰ ਨੂੰ ਰਿਲੀਜ਼ ਕਰਦੀ ਹੈ ਬੈਂਕਾਂ ਨੂੰ ਪਹਿਲਾਂ ਦਿੰਦੀ ਆ ਅਤੇ ਬੈਂਕਾਂ ਫਿਰ ਤੁਹਾਨੂੰ ਦਿੰਦੀਆਂ ਔਰ ਇਹ ਨਹੀਂ ਵੀ ਜਿਹੜਾ ਫੈਡਰਲ ਰਿਜ਼ਰਵ ਤੋਂ ਜਿਹੜਾ ਤੁਹਾਨੂੰ ਕਰਜ਼ਾ ਦਿੱਤਾ ਜਾਂਦਾ ਆ ਉਹ ਦਿੰਦੀਆਂ ਬੈਂਕਾਂ ਖੁਦ ਵੀ ਪੈਸੇ ਬਣਾਉਂਦੀਆਂ ਨੇ ਸੋ ਇਹ ਇੱਕ ਦੁਨੀਆਂ ਦੇ ਵਿੱਚ ਸਭ ਤੋਂ ਜਿਹੜਾ ਵੱਡਾ ਜਿਹੜਾ ਮਸਲਾ ਸਾਡੇ ਸਾਹਮਣੇ ਖੜਾ ਹੋ ਚੁੱਕਿਆ ਕਿ ਪੈਸੇ ਤੋਂ ਗਾਂ ਪੈਸਾ ਬਣਾਇਆ ਜਾ ਰਿਹਾ ਬਿਨਾਂ ਕਿਸੇ ਫੈਕਟਰੀ ਲਾਉਣ ਤੋਂ ਬਿਨਾਂ ਕਿਸੇ ਮਿਹਨਤ ਮਜ਼ਦੂਰੀ ਕਰਨ ਤੋਂ ਪੈਸੇ ਤੋਂ ਗਾਂ ਪੈਸਾ ਜਸਟ ਫਰੋਮ ਨਥਿੰਗ ਬੇਸਿਕਲੀ ਸੋ ਇਹ ਗੱਲਾਂ ਦੋਸਤੋ ਬਹੁਤ ਧੁਰ ਦੇ ਵਿੱਚ ਜਾਂਦੀਆਂ ਨੇ ਜਿਹਨਾਂ ਨੇ ਇਹ ਸਿਸਟਮ ਜਿਹੜਾ ਇਹ ਕੈਪੀਟਲਿਸਟ ਸਿਸਟਮ ਜਿਹੜਾ ਫਰੀ ਮਾਰਕੀਟ ਵਾਲਾ ਸਿਸਟਮ ਇਹਨਾਂ ਨੇ ਸ਼ੁਰੂ ਕੀਤਾ ਸੀਗਾ 18ਵੀਂ ਸਦੀ ਦੇ ਵਿੱਚ ਔਰ ਬਿਲਕੁਲ ਉਹਨਾਂ ਦਾ ਖਿਆਲ ਇਹੀ ਸੀਗਾ ਵੀ ਇਸੇ ਹੀ ਤਰੀਕੇ ਨਾਲ ਹੋਊਗਾ ਅਤੇ ਇਸੇ ਹੀ ਤਰੀਕੇ ਨਾਲ ਇਹ ਹੁਣ ਤੱਕ ਹੁੰਦਾ ਰਿਹਾ ਹੈ ਸੋ ਆਪਾਂ ਹਿਸਟਰੀ ਦੇ ਵਿੱਚ ਜਾ ਕੇ ਇਸ ਮਸਲੇ ਨੂੰ ਡਿਟੇਲ ਦੇ ਵਿੱਚ ਇਹ ਸਭ ਤੋਂ ਜਿਹੜੀ ਵੱਡੀ ਈਵਲ ਹੈ ਜਿਹੜੀ ਉਹਨੂੰ ਆਪਾਂ ਡਿਸਕਸ ਕਰਾਂਗੇ ਆਉਂਦੇ ਪ੍ਰੋਗਰਾਮਾਂ ਦੇ ਵਿੱਚ ਕਿਉਂਕਿ ਮੈਂ ਆਉਂਦੇ ਪ੍ਰੋਗਰਾਮਾਂ 'ਚ ਵਿਸਥਾਰ 'ਚ ਆਪਾਂ ਥੋੜ੍ਹਾ ਸਵਾਲ ਜਵਾਬ ਵੀ ਇੱਕ ਦੂਸਰੇ ਨਾਲ ਕਰਾਂਗੇ ਕਿਉਂਕਿ ਇਮੀਡੀਏਟਲੀ ਮੇਰੇ ਦਿਮਾਗ 'ਚ ਇਹ ਆ ਰਿਹਾ ਕਿ ਜਨ ਸਧਾਰਨ ਇਹ ਵੀ ਸੋਚ ਸਕਦਾ ਕਿ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਜਦੋਂ ਸਾਨੂੰ ਕੋਈ ਕਰਜ਼ਾ ਦਿੱਤਾ ਜਾਂਦਾ ਉਹ ਪੈਸਾ ਰੀਅਲ ਟਰਮਸ ਵਿੱਚ ਨਹੀਂ ਉਹਦੀ ਕੋਈ ਹੋਂਦ ਨਹੀਂ ਹੈ ਐਗਜ਼ਿਸਟ ਨਹੀਂ ਕਰਦਾ ਪਰ ਜਿਹਨੂੰ ਉਹ ਕਰਜ਼ਾ ਦਿੱਤਾ ਜਾ ਰਿਹਾ ਉਹ ਸ਼ਾਇਦ ਇਹ ਵੀ ਸੋਚ ਸਕਦਾ ਕਿ ਉਸ ਵਕਤ ਉਹਦੀ ਜਿਹੜੀ ਜ਼ਰੂਰਤ ਹੈ ਉਹ ਪੂਰੀ ਹੋ ਰਹੀ ਹੈ ਸੋ ਬਸ ਉੱਥੋਂ ਤੱਕ ਹੀ ਸੋਚਦੇ ਹਾਂ ਅਸੀਂ ਆਮ ਤੌਰ ਤੇ ਅਗਰ ਦੇਖਿਆ ਜਾਵੇ ਸੋ ਇਹ ਮੈਨੂੰ ਲੱਗਦਾ ਆਉਂਦੇ ਪ੍ਰੋਗਰਾਮਾਂ ਵਿੱਚ ਇਹਨੂੰ ਹੋਰ ਅਸੀਂ ਖੋਲ ਕੇ ਇਸ ਗੱਲ ਨੂੰ ਕਰਾਂਗੇ ਕਿ ਇਸ ਤਰ੍ਹਾਂ ਸੋਚਣ ਵਿੱਚ ਨੁਕਸਾਨ ਸਾਡਾ ਹੀ ਹੈ ਵੇਖੋ ਐਂਡ ਆਫ ਦਾ ਡੇ ਅਨੂ ਜੀ ਇਹ ਦੁਨੀਆ ਜੀ ਜਿਸ ਤਰੀਕੇ ਦਾ ਮੋਨੀਟਰੀ ਸਿਸਟਮ ਦੁਨੀਆ ਦੇ ਵਿੱਚ ਚੱਲ ਰਿਹਾ ਕਰਜ਼ੇ ਤੋਂ ਬਿਨਾਂ ਜੇ ਅੱਜ ਸਾਰਾ ਕਰਜ਼ਾ ਵਾਪਸ ਹੋ ਜਾਵੇ ਇਹ ਸਿਸਟਮ ਕੋਲੈਪਸ ਹੋ ਜਾਊਗਾ ਬਿਲਕੁਲ ਇਹ ਕਰਜ਼ੇ ਦੇ ਉੱਪਰ ਜੇ ਕਰਜ਼ਾ ਨਹੀਂ ਹੋਊਗਾ ਇਹ ਦੁਨੀਆ ਦਾ ਇਹ ਸਿਸਟਮ ਚੱਲ ਹੀ ਨਹੀਂ ਸਕਦਾ ਮੈਂ ਇੱਥੇ ਕਹਿਣਾ ਚਾਹਾਂਗਾ ਕਿ ਮੈਂ ਪਰਸਨਲੀ ਚਾਹੁੰਦੀ ਹਾਂ ਕਿ ਇਹ ਸਿਸਟਮ ਕੋਲੈਪਸ ਹੋ ਜਾਵੇ ਬਿਲਕੁਲ ਔਰ ਇਹਦੀ ਜਗ੍ਹਾ ਤੇ ਅਲਟਰਨੇਟਿਵ ਆਵੇ ਜਿਹਦਾ ਕਿ ਅਸੀਂ ਬੀਤੇ ਪ੍ਰੋਗਰਾਮਾਂ 'ਚ ਗੱਲ ਕਰ ਚੁੱਕੇ ਹਾਂ ਸੋਸ਼ਲਿਜ਼ਮ ਦੀ ਕਮਿਊਨਿਜ਼ਮ ਦੀ ਸੋ ਇਹ ਸਿਸਟਮ ਜਿਹੜੇ ਨੇ ਪਰਫੈਕਟ ਸਿਸਟਮ ਕੋਈ ਨਹੀਂ ਲੱਭੇਗਾ ਪਰ ਇਹਦੇ ਨਾਲੋਂ ਮੱਚ ਬੈਟਰ ਹੋ ਸਕਦੇ ਨੇ ਮੈਨੂੰ ਇਸ ਤਰ੍ਹਾਂ ਲੱਗਦਾ ਬਿਲਕੁਲ ਬਿਲਕੁਲ ਤੋ ਅੱਜ ਦਾ ਪ੍ਰੋਗਰਾਮ ਅਸੀਂ ਸਮਾਪਤੀ ਵੱਲ ਲਿਜਾ ਰਹੇ ਹਾਂ ਜਾਂਦੇ ਜਾਂਦੇ ਇੱਕ ਦੋ ਗੱਲਾਂ ਹੋਰ ਸ਼ੇਅਰ ਕਰ ਦਈਏ
ਇੱਕ ਤੇ ਕਿ ਯੂਨਾਈਟ ਯੂਨੀਅਨ ਜਿਨ੍ਹਾਂ ਦੀ ਅਸੀਂ ਅਕਸਰ ਗੱਲ ਕਰਦੇ ਹਾਂ ਉਹਨਾਂ ਦੇ ਮੈਂਬਰਸ ਦੀ ਸ਼ਿਰਕਤ ਵੀ ਹੁੰਦੀ ਹੈ ਟਾਈਮ ਟੂ ਟਾਈਮ ਸਾਡੇ ਪ੍ਰੋਗਰਾਮਸ ਵਿੱਚ ਉਹਨਾਂ ਦੇ ਹਵਾਲੇ ਨਾਲ ਮੈਂ ਗੱਲ ਕਰਾਂਗੀ ਕਿ ਖਾਸ ਕਰਕੇ ਜਿਹੜੇ ਵਰਕਿੰਗ ਲੋਕ ਨੇ ਉਹਨਾਂ ਨੂੰ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਹੈ ਕਿ ਨਿਊਜ਼ੀਲੈਂਡ ਵਿੱਚ ਇੱਕ ਰੁਝਾਨ ਚੱਲ ਰਿਹਾ ਕਿ ਤੁਹਾਡੀ ਜਿਹੜੀ ਐਨੂਅਲ ਲੀਵ ਜਾਂ ਹੋਲੀਡੇ ਪੇ ਹੈ ਅਗਰ ਤੁਸੀਂ ਆਪਣੀਆਂ ਸਾਰੀਆਂ ਛੁੱਟੀਆਂ ਛੁੱਟੀ ਵਾਂਗੂ ਨਹੀਂ ਲੈਂਦੇ ਤਾਂ ਜਿਹੜੀਆਂ ਵੱਧ ਜਾਂਦੀਆਂ ਨੇ ਉਹਦੇ ਲਈ ਤੁਹਾਨੂੰ ਪੇ ਕਰ ਦਿੰਦੀ ਹੈ ਕੰਪਨੀ ਉਹਦੇ ਸਾਰੇ ਰੂਲਸ ਰੈਗੂਲੇਸ਼ਨ ਹਨ ਪਰ ਕਾਫੀ ਥਾਵਾਂ ਤੇ ਖਾਸ ਤੌਰ ਤੇ ਜਿਹੜੇ ਕੈਜੂਅਲ ਵਰਕਰਸ ਨੇ ਰੈਗੂਲਰ ਵਰਕਰ ਨਹੀਂ ਹੈ ਜਿਹੜੇ ਉਹਨਾਂ ਨੂੰ ਅੰਡਰ ਪੇ ਕੀਤਾ ਗਿਆ ਉਹਨਾਂ ਦੀ ਹੋਲੀਡੇ ਪੇ ਵਾਸਤੇ ਸੋ ਇੱਥੇ ਮੈਂ ਸਾਰਿਆਂ ਨੂੰ ਇਹ ਰਿਕੁਐਸਟ ਕਰਾਂਗੀ ਕਿ ਤੁਸੀਂ ਪਲੀਜ਼ ਆਪਣੇ ਆਪਣੇ ਵਰਕ ਪਲੇਸ ਤੇ ਇਹਦੀ ਜਾਂਚ ਪੜਤਾਲ ਕਰੋ ਮੇਕ ਸ਼ੋਰ ਕਿ ਤੁਹਾਡਾ ਜੋ ਹੱਕ ਬਣਦਾ ਹੈ ਹੋਲੀਡੇ ਪੇ ਦਾ ਉਹ ਤੁਹਾਡਾ ਪੂਰਾ ਤੁਹਾਨੂੰ ਮਿਲੇ ਅਗਰ ਤੁਹਾਨੂੰ ਕੋਈ ਸ਼ੱਕ ਸ਼ੁਬਾ ਹੈ ਤੋ ਤੁਹਾਡੇ ਲਾਈਨ ਆਫ ਵਰਕ ਦੀ ਜਿਹੜੀ ਯੂਨੀਅਨ ਹੈ ਟਰੇਡ ਯੂਨੀਅਨ ਹੈ ਤੁਸੀਂ ਉਹਨਾਂ ਨੂੰ ਕੰਸਲਟ ਕਰੋ ਉਹ ਤੁਹਾਨੂੰ ਸਹੀ ਤਰੀਕੇ ਨਾਲ ਗਾਈਡ ਕਰਨਗੇ ਔਰ ਅਗਰ ਹੁਣ ਤੱਕ ਵੀ ਤੁਸੀਂ ਆਪਣੇ ਲਾਈਨ ਆਫ ਵਰਕ ਦੀ ਜਿਹੜੀ ਯੂਨੀਅਨ ਹੈ ਉਹਦੇ ਮੈਂਬਰ ਨਹੀਂ ਹੋ ਸਭ ਤੋਂ ਪਹਿਲਾਂ ਤੁਸੀਂ ਆਪਣੀ ਯੂਨੀਅਨ ਜੁਆਇਨ ਕਰੋ ਕੋਈ ਜ਼ਿਆਦਾ ਫੀਸ ਨਹੀਂ ਲੈਂਦੇ ਤੁਹਾਡੇ ਕੋਲੋਂ ਬਿਲਕੁਲ ਨੋਮੀਨਲ ਜਿਹਾ ਚਾਰਜ ਹੈ ਮੋਸਟ ਯੂਨੀਅਨਸ ਦਾ ਤੋ ਜ਼ਰੂਰ ਯੂਨੀਅਨ ਜੁਆਇਨ ਕਰੋ ਔਰ ਮੇਕ ਸ਼ੋਰ ਕਿ ਯੂ ਆਰ ਬੀਂਗ ਪੇਡ ਐਡੀਕੁਏਟਲੀ ਤੁਹਾਡੀ ਜਿਹੜੀ ਹੋਲੀਡੇ ਪੇ ਆ ਉਹਦੇ ਵਾਸਤੇ ਔਰ ਆਖਿਰ ਵਿੱਚ ਇੱਕ ਇਸੇ ਹੀ ਰੇਡੀਓ ਮਾਧਿਅਮ ਤੋਂ ਇੱਕ ਨਵਾਂ ਜਿਹੜਾ ਪ੍ਰੋਗਰਾਮ ਸ਼ੁਰੂ ਹੋਣ ਜਾ ਰਿਹਾ ਉਹਦੇ ਬਾਰੇ ਵੀ ਜਾਣਕਾਰੀ ਦਿੰਦੇ ਚੱਲੀਏ ਬੁੱਧਵਾਰ ਨੂੰ ਮੇਰਾ ਖਿਆਲ ਹੈ ਕਾਫੀ ਸਰੋਤੇ ਸੁਣਦੇ ਹੋਣਗੇ ਪਹਿਲੇ ਜਿਹੜਾ ਪ੍ਰੋਗਰਾਮ ਹੁੰਦਾ ਸੀਗਾ ਨਿਰਮਲਜੀਤ ਸਿੰਘ ਹੁਣੀਆਂ ਹੋਰਾਂ ਦਾ ਉਹ ਦੋ ਤਿੰਨ ਹਫ਼ਤੇ ਪਹਿਲੇ ਖਤਮ ਹੋ ਗਿਆ ਤੋ ਉਹਦੀ ਜਗ੍ਹਾ ਤੇ ਇੱਕ ਹੋਰ ਪੰਜਾਬੀ ਪ੍ਰੋਗਰਾਮ ਵੀ ਸ਼ੁਰੂ ਹੋਣ ਜਾ ਰਿਹਾ ਪਰਸੋਂ ਆਉਂਦੇ ਬੁੱਧਵਾਰ 4:25 ਤੇ ਮੇਰਾ ਖਿਆਲ ਸ਼ੁਰੂ ਹੋਏਗਾ ਪ੍ਰੋਗਰਾਮ ਨਿਊਜ਼ ਨੇਸ਼ਨ ਇਸ ਪ੍ਰੋਗਰਾਮ ਦਾ ਨਾਮ ਹੈ ਅਮਰਿੰਦਰ ਸਿੰਘ ਇਸ ਪ੍ਰੋਗਰਾਮ ਨੂੰ ਪੇਸ਼ ਕਰਿਆ ਕਰਨਗੇ ਔਰ ਇਹਦੇ ਵਿੱਚ ਕਰੰਟ ਅਫੇਅਰਸ ਖਬਰਾਂ ਔਰ ਖਾਸ ਤੌਰ ਤੇ ਸਪੋਰਟਸ ਦੇ ਜਿਹੜੇ ਸ਼ੌਕੀਨ ਨੇ ਉਹਨਾਂ ਲਈ ਕਾਫੀ ਇਨਫੋਰਮੇਸ਼ਨ ਰਹੇਗੀ ਔਰ ਮੈਨੂੰ ਲੱਗਦਾ ਕਾਫੀ ਸਰੋਤੇ ਅਮਰਿੰਦਰ ਸਿੰਘ ਨੂੰ ਜਾਣਦੇ ਵੀ ਹੋਣਗੇ ਰੇਡੀਓ ਸਪਾਈਸ ਤੇ ਵੀ ਉਹ ਇਸੇ ਕਿਸਮ ਦਾ ਪ੍ਰੋਗਰਾਮ ਪੇਸ਼ ਕਰਦੇ ਰਹੇ ਨੇ ਤੋ ਜ਼ਰੂਰ ਉਹਨਾਂ ਦਾ ਪ੍ਰੋਗਰਾਮ ਵੀ ਤੁਸੀਂ ਸੁਣਦੇ ਰਹਿਣਾ ਤੋ ਸਾਨੂੰ ਦਿਓ ਇਜਾਜ਼ਤ ਅਗਲੇ ਸੋਮਵਾਰ ਦੁਬਾਰਾ ਮੁਲਾਕਾਤ ਹੋਏਗੀ ਜੀ ਅਲਵਿਦਾ ਦੋਸਤੋ ਸਲਾਮ ਆਖਦਾ ਰੇਡੀਓ ਇਨਕਲਾਬ ਹਰ ਸੋਮਵਾਰ ਸ਼ਾਮ 5 ਵਜੇ ਪਲੈਨਟ 104.6 FM ਤੇ ਜਾਂ ਫਿਰ ਆਨਲਾਈਨ ਕਿਸੇ ਵੀ ਵਕਤ planetaudio.org.nz/radioinqilaab